ਪੁੱਤਰ ਬੱਚੇ ਬਾਹਰ ਗਏ ਨੇ ਤੇ ਅੱਜੋ ਪੁੱਛਦੇ ਫੰਡਿੰਗ ਕਿਤੋਂ ਆਂਦੀ ਪਈਏ ਦਿਲ ਉਹਨਾਂ ਦਾ ਹੱਲੇ ਵੀ ਪੰਜਾਬ ਲਈ ਟੜਕਦਾ ਵੇ ਹੱਲੇ ਵੀ ਪੰਜਾਬ ਲਈ ਟੜਕਦਾ ਹੈ ਫੰਡਿੰਗ ਆਂਦੀ ਹੈ ਜ਼ਰੂਰ ਆਂਦੀ ਹੈ ਉਹਨਾਂ ਦੇ ਮਾਪੇ ਉਹਨਾਂ ਨੂੰ ਇਸ ਕਾਬਿਲ ਬਣਾਇਆ ਵੇ ਤੁਸੀਂ ਬਾਹਰ ਜਾਓ ਪੈਸਾ ਕਮਾਓ ਪੱਕੇ ਮਕਾਨ ਬਣਾਓ ਵੱਡੀਆਂ ਗੱਡੀਆਂ ਚਲਾਓ ਔਰ ਇਹੋ ਜਿਹੇ ਅੰਦੋਲਨ ਹੋਵੇ ਤਾਂ ਦਿਲ ਖੋਲ ਕੇ ਤੁਸੀਂ ਮਦਦ ਕਰੋ ਤੇ ਫੰਡਿੰਗ ਆਂਦੀ ਪਈਏ ਪੰਜਾਬ ਦੀ ਫੰਡੀ पंजाब तो ही आ रही है और मतलब नहीं है जितो मर्जी आ रही है दुनिया तो लेकिन पंजाब की फंडिंग पंजाब तो आ रही है और किस पंजाब के नौजवान तो आ रही है और नशे नहीं करता बाहर जाके मेहनत करता वे पंजाब के खेती करता वे फिर रहना जो कुछ चाहिए आटा भी दिया उसको खाना भी दिया कंबल भी दिया सब कुछ उसकी मदद करी सब मदद करी बहुत मदद करी दूध बने दूध बने आपा मैं आई सी ਇੱਕ ਇੱਕ ਬੰਦੇ ਨੇ ਕੋਈ ਸਾਈਕਲ ਤੇ ਜਾ ਰਿਹਾ ਕੋਈ ਪੈਦਲ ਜਾ ਰਿਹਾ ਕੋਈ ਕਾਰ ਤੇ ਜਾ ਰਿਹਾ ਕੋਈ ਮੋਟਰਸਾਈਕਲ ਤੇ ਜਾ ਰਿਹਾ ਵੇ ਐ ਨਹੀਂ ਦੇਖਿਆ ਕੋਈ ਕਿਤੇ ਤੇ ਜਾ ਰਿਹਾ ਰੋਕ ਰੋਕ ਕੇ ਖਿਆਲ ਸਾਰਿਆਂ ਨੂੰ ਬਾਦਮ ਵਾਲਾ ਦੁੱਧ ਪਿਆਇਆ ਗਿਆ ਵੇ ਠੀਕ ਹੈ ਨਾ ਤੇ ਦੇਖੋ ਜੀ ਆਪਣੀ ਤੇ ਹੱਲੇ ਵੀ ਆ ਪਰਵਾਹ ਨਹੀਂ ਕਰਦੇ ਪਏ ਲੋਕਾਂ ਦੀ ਜਿਆਦਾ ਕਰਦੇ ਪਏ ਨੇ ਤੇ ਸਾਡੇ ਲੋਕਾਂ ਦਾ ਫਰਜ਼ ਬੰਦਾ ਹੈ ਕਿ ਇਹਨਾਂ ਦਾ ਸਾਥ ਦਈਏ ਦੇਣਾ ਚਾਹੀਦਾ ਔਰ ਪੂਰੇ ਦਿਲ ਨਾਲ ਸਾਥ ਦਈਏ ਔਰ ਜਿਹੜਾ ਇਸ ਵਾਲੇ ਸਾਥ ਨਾ ਦੇਣਾ ਉਹ ਗੱਦਾ ਲਾਣਾ ਤੇ ਜੀ ਆਉਂਦੇ ਲੋਕਾਂ ਨੂੰ ਲਾਣੇ ਤੇ ਜਿਹੜੇ ਸੋਚਦੇ ਨੇ ਪਿਕਨਿਕ ਮਨਾ ਉਹਨਾਂ ਨੂੰ ਕਹੋ ਤੁਸੀਂ ਆਓ ਤੁਸੀਂ ਵੀ ਸਾਡੇ ਨਾਲ ਪਿਕਨਿਕ ਮਨਾਓ ਉਹ ਵੀ ਆਣ ਜੀ ਪਿਕਨਿਕ ਮਨਾਣ ਜੇ ਤੁਹਾਨੂੰ ਮਨਾ ਥੋੜੀ ਹੈ ਸੱਦਾ ਜੀ ਕੁੱਲ ਆਓ ਜੀ ਇੱਥੇ ਪਿਕਨਿਕ ਮਨਾਓ ਮਨਾਓ ਬੈਠੋ ਤੁਸੀਂ ਐਸੇ ਰਾਤੀ ਰਾਤੀ ਪਿਕਨਿਕ ਮਨਾਓ ਦਿਨੇ ਮਨਾਓ ਸ਼ਾਮੀ ਮਨਾਓ ਜਦੋਂ ਕਿਸੇ ਦੀ ਰੋਕ ਥੋੜੀ ਜੇ ਤੁਹਾਨੂੰ ਪਿਕਨਿਕ ਲੱਗ ਵੀ ਆਓ ਤੁਸੀਂ ਵੀ ਮਜ਼ੇ ਕਰੋ ਮਜ਼ੇ ਕਿਉਂ ਕਿਉਂ ਫालतू ਬੋਲਦੇ ਹੋ ਕਰੋ ਨਾ ਮਜ਼ੇ ਪਿਕਨਿਕ ਦੇ ਲਵੋ ਨਾ ਫਿਰ ਇੱਥੇ ਦੋ ਦਿਨ ਹੀ ਲੈ ਲਓ ਡੇਢ ਮਹੀਨੇ ਤੇ ਬੜੇ ਦੋ ਦਿਨ ਹੀ ਇਸ ਪਿਕਨਿਕ ਦੇ ਮਜ਼ੇ ਲੈ ਲਓ ਤਾਨੂੰ ਪਤਾ ਲੱਗ ਜਾਏਗਾ ਪਿਕਨਿਕ ਕਹਿੰਦੇ ਕਿ ਨੂੰਨੇ ساری ਜ਼ਿੰਦਗੀ ਪਿਕਨਿਕ ਭੁੱਲ ਜਾਂਦੀਆਂ ਫੇਰ ਉਹ। ਤੋਂਮਰ ਸਾਹਿਬ ਤੋਂਮਰ ਜੀ ਤੋਂਮਰ ਤੋਂਮਰ ਸਾਹਿਬ ਕਹਿੰਦੇ ਨੇ ਬੜਾ ਪੋਜ਼ਿਟਿਵ ਐਟਮੋਸਫੇਅਰ ਤੇ ਮੀਟਿੰਗ ਹੋਈਏ ਕਿਸਾਨਾਂ ਨੂੰ ਸਰਕਾਰ ਤੇ ਭਰੋਸਾ ਹੈਗਾ ਵੇ 8 ਤਰੀਕ ਐਸੇ ਲਈ ਦਿੱਤੀ ਏ ਅਰੇ ਐਸੀ ਨਹੀਂ ਐਸੀ ਤੁਹਾਡੇ ਭਰੋਸੇ ਦੀ ਡੇਢ ਮਿਲੇ ਤੋਂ ਸੜਕਾਂ ਤੇ ਬੈਠੇ ਨੇ ਉਹਨਾਂ ਨੂੰ ਸਰਕਾਰ ਤੇ ਭਰੋਸਾ ਨਹੀਂ ਏ ਕਿਸਾਨਾਂ ਨੂੰ ਆਪਣੇ ਆਪ ਤੇ ਭਰੋਸਾ ਹੈਗਾ ਵੇ ਸਰਕਾਰ ਦੇ ਭਰੋਸੇ ਮੀਟਿੰਗਾਂ ਨਹੀਂ ਚਲਦੀਆਂ ਪਈਆਂ ਕਿਸਾਨਾਂ ਨੂੰ ਆਪਣੇ ਆਪ ਤੇ ভরসা ਹੈ ਕਿ ਇਹ ਕਾਨੂੰਨ ਖਤਮ ਕਰਵਾ ਕੇ ਜਾਵਾਂਗੇ ਨਹੀਂ ਤੇ ਨਹੀਂ ਜਾਵਾਂਗੇ ਬਿਲਕੁਲ ਪਾਣੀ ਦੀ ਗੱਲ ਤਾਂ 70 ਸਾਲ ਤੋਂ ਚੱਲਦੀ ਹੈ ਤੇ ਇਹ ਅੱਜ ਦੀ ਥੋੜੀ ਹੈ ਇਹ ਇਹਨਾਂ ਨੇ ਜਾਣ ਬੁੱਝ ਕੇ ਹੁਣ ਚੁੱਕੀ ਹੈ ਕਿ ਕਿਸੇ ਤਰ੍ਹਾਂ ਅਸੀਂ ਫੇਰ ਜਿਹੜੀ ਕਟ ਹੋਈ ਹੈ ਉਹਨੂੰ ਵੱਖਰਾ ਕਰਨ ਵਾਸਤੇ ਹੁਣ ਇਹਨਾਂ ਲੋਕਾਂ ਨੇ ਹਰਿਆਣਾ ਔਰ ਪੰਜਾਬ ਨੇ ਆਪਸ ਵਿੱਚ ਡਿਸਾਈਡ ਕਰ ਲਿਆ ਇਸ ਮਸਲੇ ਲਈ ਸਾਨੂੰ ਤੁਹਾਡੀ ਲੋੜ ਨੇ ਸਰਕਾਰਾਂ ਦੀ ਸਾਨੂੰ ਬਿਲਕੁਲ ਲੋੜ ਨਹੀਂ ਇਹ ਸਾਡਾ ਆਪਣਾ ਮਸਲਾ ਹੈ ਦੋ ਸਟੇਟ ਕੀ ਆਪਸ ਵਿੱਚ ਇੰਨਾ ਕੰਮ ਹੀ ਨਹੀਂ ਕਰ ਸਕਦੇ ਜਿਹੜਾ ਇੰਨਾ ਵੱਡਾ ਹਜੂਮ ਚਲਾ ਸਕਦੇ ਨੇ ਠੀਕ ਤੋਮਰ ਸਾਹਿਬ ਅੰਦਰ ਤੋਂ ਮਰਜੀ ਤੋਮਰ ਤੋਮਰ ਸਾਹਿਬ ਕਹਿੰਦੇ ਨੇ ਬੜਾ ਪੋਜ਼ਿਟਿਵ ਐਟਮੋਸਫੇਅਰ ਤੇ ਮੀਟਿੰਗ ਹੋਈ ਹੈ ਕਿਸਾਨਾਂ ਨੂੰ ਸਰਕਾਰ ਤੇ ਭਰੋਸਾ ਹੋ ਜਾਵੇ 8 ਤਰੀਕ ਐਸੇ ਲਈ ਦਿੱਤੀ ਹੈ ਅਰੇ ਉਹ ਵੀ ਚੈਨ ਐਸੀ ਤੇ ਐਸੀ ਤੁਹਾਡੇ ਪੜੋਸੇ ਦੀ 1:3 ਮਿਲੇ ਤੋਂ ਸੜਕਾਂ ਤੇ ਬੈਠੇ ਨੇ ਉਹਨਾਂ ਨੂੰ ਸਰਕਾਰ ਤੇ ਭਰੋਸਾ ਨਹੀਂ ਹੈ ਕਿਸਾਨਾਂ ਨੂੰ ਆਪਣੇ ਆਪ ਤੇ ਭਰੋਸਾ ਹੈਗਾ ਵੇ ਸਰਕਾਰ ਦੇ ਭਰੋਸੇ ਮੀਟੀਆਂ ਨਹੀਂ ਚਲਦੀਆਂ ਪਈਆਂ ਕਿਸਾਨਾਂ ਨੂੰ ਆਪਣੇ ਆਪ ਤੇ ਭਰੋਸਾ ਹੈ ਕਿ ਇਹ ਕਾਨੂੰਨ ਖਤਮ ਕਰਵਾ ਕੇ ਜਾਵਾਂਗੇ ਨਹੀਂ ਤੇ ਨਹੀਂ ਜਾਵਾਂਗੇ ਬਿਲਕੁਲ ਟਾਪ ਟੀਵੀ ਕੈਨੇਡਾ ਤੇ ਤੁਹਾਡਾ ਸਵਾਲ ਮੈਂ ਉਹਨਾਂ ਨੇ ਕਹਾ ਤੂੰ ਭੁੱਖੇ ਮਤ ਰਹਿਣਾ ਜੋ ਕੁਝ ਆਟਾ ਵੀ ਦਿਆ ਉਸ ਨੂੰ ਖਾਣਾ ਵੀ ਦਿਆ ਕੰਬਲ ਵੀ ਦਿਆ ਸਭ ਕੁਝ ਉਸ ਦੀ ਮਦਦ ਕਰੀ ਸਭ ਮਦਦ ਕਰੀ ਉਹਨੇ ਬਹੁਤ ਮਦਦ ਕਰੀ ਦੁੱਧ ਬਣਾਵੇ ਦੁੱਧ ਬਣਾਵੇ ਬਹੁਤ ਬਹੁਤ ਆਪਾਂ ਮੈਂ ਆਈ ਸੀ ਇੱਕ ਇੱਕ ਬੰਦੇ ਨੇ ਕੋਈ ਸਾਈਕਲ ਤੇ ਜਾ ਰਿਹਾ ਕੋਈ ਪੈਦਲ ਜਾ ਰਿਹਾ ਕੋਈ ਕਾਰ ਤੇ ਜਾ ਰਿਹਾ ਕੋਈ ਮੋਟਰਸਾਈਕਲ ਤੇ ਜਾ ਰਿਹਾ ਵੇ ਇਹ ਨਹੀਂ ਦੇਖਿਆ ਕੋਈ ਕਿਤੇ ਤੇ ਜਾ ਰਿਹਾ ਰੋਕ ਰੋਕ ਕੇ ਖਿਆਲ ਸਾਰਿਆਂ ਨੂੰ ਬਦਾਮ ਵਾਲਾ ਦੁੱਧ ਪਿਆਇਆ ਗਿਆ ਵੇ ਠੀਕ ਹੈ ਨਾ ਤੇ ਦੇਖੋ ਜੀ ਆਪਣੀ ਤੇ ਹੱਲੇ ਵੀ ਆ ਪਰਵਾਹ ਨਹੀਂ ਕਰਦੇ ਬੇ ਲੋਕਾਂ ਦੀ ਜਿਆਦਾ ਕਰਦੇ ਪਏ ਨੇ ਤੇ ਸਾਡੇ ਲੋਕਾਂ ਦਾ ਫਰਜ਼ ਬੰਦਾ ਹੈ ਕਿ ਇਹਨਾਂ ਦਾ ਸਾਥ ਦਈਏ ਦੇਣਾ ਚਾਹੀਏ ਔਰ ਪੂਰੇ ਦਿਲ ਨਾਲ ਸਾਥ ਦਈਏ ਔਰ ਜਿਹੜਾ ਇਸ ਵਾਲੇ ਸਾਥ ਨਾ ਦੇਣਾ ਉਹ ਗੱਦਾਰ ਹੈ ਨਹੀਂ ਦੇਣਾ ਚਾਹੀਏ ਸਾਡੇ ਜਿਹੜਾ ਉੱਤੇ ਕੁਝ ਲੋਕਾਂ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਫੰਡਿੰਗ ਕਿੱਥੋਂ ਹੋ ਰਹੀ ਆ ਜੀ ਇਹ ਲੰਗਰ ਕਿੱਦਾਂ ਚੱਲ ਰਿਹਾ ਵੈਸੇ ਤਾਂ ਅਨਦਾਤਾ ਤੋਂ ਇਹ ਸਵਾਲ ਪੁੱਛਣਾ ਹਾਸੋ ਹੀਣਾ ਏ ਪਰ ਕੁਝ ਸਚਾਈ ਤੁਹਾਨੂੰ ਵਿਖਾ ਦਿੰਨੇ ਆ ਇਹ ਨੇ ਅਚਾਰ ਦੇ ਡੱਬੇ ਇਹ ਲੈ ਕੇ ਕੌਣ ਆਇਆ ਏ ਇਹ ਲੈ ਕੇ ਆਏ ਨੇ ਦਿੱਲੀ ਦੇ ਨਿਵਾਸੀ ਜੀ ਇੱਥੇ ਦੇ ਨਿਵਾਸੀ ਨੇ ਜੋ ਲੋਕਲ ਨਿਵਾਸੀ ਉਹ ਲੈ ਕੇ ਆਏ ਨੇ ਲਗਾਤਾਰ ਕਿਸਾਨ ਸੰਘਰਸ਼ ਦੇ ਵਿੱਚ ਤਨਮਨ ਤਨ ਦੇ ਨਾਲ ਉਹ ਸੇਵਾ ਕਰ ਰਹੇ ਨੇ ਉਹਨਾਂ ਤੋਂ ਪੁੱਛਦੇ ਆ ਕਿ ਕਿਵੇਂ ਉਹਨਾਂ ਦੇ ਵਿੱਚ ਇਸ ਸੰਘਰਸ਼ ਨੂੰ ਲੈ ਕੇ ਦਰਦ ਚਿੰਤਾ ਜੋ ਜਾਗਰਤ ਹੋਈ ਹੈ ਔਰ ਕਿਉਂ ਅੱਜ ਉਹ ਇੱਥੇ ਪਹੁੰਚੇ ਨੇ ਕਹਾਂ ਸੇ ਆਏ ਆ ਪਾਪ ਦਾ ਨਾਮ ਕੀ ਹੈ ਔਰ ਜੀ ਮੇਰਾ ਨਾਮ ਰਜਨੀ ਹੈ रजनी जी आप यहाँ पर पहुँचे हैं किसानों का दर्द आपको फील बिल्कुल बिल्कुल जी बिल्कुल बिल्कुल और किसान लगातार दो महीने से पंजाब में और यहाँ पर संघर्ष कर, कर रहे हैं इतनी ठंड है आपके बच्चे भी होंगे आपने देखा होगा यहाँ पर भी छोटे छोटे बच्चे, बच्चे बहुत सब आए हुए थे उस दिन भी देखो सब बैठे हुए थे तो उनको आप पूछो ना कि हम तो अपने घर में होते हैं और ये लोग बेचारे सारी रात बारिश पड़ रही है सब में कितना उनका वो है आप ये सोचो तो लोगों को इनके साथ जुड़ना चाहिए सबको मैं तो कहती हूँ जुड़ना चाहिए बहुत तन मन धन से जितना हो सके सबको करना चाहिए हालांकि ये कुछ कहते नहीं है कि हमें ये चीज चाहिए जी पर अपना लोगों का खुद का फर्ज है कि इनका करना चाहिए क्योंकि ये हमारे लिए कर रहे हैं अपने लिए नहीं कर रहे वो लोग ये हमारे लिए ही कर रहे हैं सारा कुछ आपने कभी अपनी जिंदगी में इतना शांति प्रिय आंदोलन देखा है कभी नहीं देखा मैंने कभी भी नहीं देखा कभी भी नहीं देखा कभी नहीं देखा ਮਹਾਤਮਾ ਗਾਂਧੀ ਦੇ ਬਾਅਦ ਇਹ ਅਬ ਪਹਿਲਾ ਅੰਦੋਲਨ ਹੋਇਆ ਵੇ ਜਿਹੜਾ ਡੇਢ ਮਹੀਨਾ ਚੱਲਿਆ ਜੀ ਮੈਂ ਕਿਸੇ ਸਰਕਾਰ ਦਾ ਨਾਂ ਨਹੀਂ ਲਿਆਂਗੀ ਜਿਨਨੇ ਭਾਰਤਵੰਦ ਅਜ ਤੱਕ ਹੋਏ ਨੇ ਬਸਾਂ ਜਲੀਆਂ ਨੇ ਸਕੂਟਰ ਜਲੇ ਨੇ ਲੋਕਾਂ ਨੂੰ ਮਾਰਿਆ ਗਿਆ ਵੇ ਪਹਿਲਾ ਭਰਤਵਨ ਦੇਖਿਆ ਜਾਂ 1.5 ਮਹੀਨੇ ਦਾ ਐਜੀਟੇਸ਼ਨ ਦੇ ਦਿੱਤਾ ਇੱਕ ਬੱਸ ਨਹੀਂ ਜਲੀ ਇੱਕ ਮੋਟਰਸਾਈਕਲ ਨਹੀਂ ਜਲਿਆ ਇਹਨੇ ਨਾਦੇ ਨਹੀਂ ਲੱਗੇ ਵੇਲਦੀ ਪਟੜੀਆਂ ਨਹੀਂ ਪੁੱਟੀਆਂ ਗਈਆਂ ਲੋਕੀ ਭਾਵੇਂ ਥੋੜਾ ਜਿਹਾ ਟ੍ਰੈਫਿਕ ਜ਼ਰੂਰ ਜਮ ਹੋਇਆ ਵੇ ਪਟਾਮੀ ਲੋਕੀ ਆਪਣੇ ਕੰਮ ਤੇ ਪਹੁੰਚਦੇ ਪਏ ਨੇ ਥੋੜਾ ਟਾਈਮ ਜ਼ਿਆਦਾ ਲੱਗਦਾ ਪਿਆ ਤੇ ਮੇਰੇ ਹਿਸਾਬ ਨਾਲ ਲੋਕਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਏ ਇਹ ਪੋਜ਼ਿਟਿਵ ਚੀਜ਼ ਦੇਖਣੀ ਚਾਹੀਦੀ ਏ ਕਿਸਾਨ ਦੇ ਦਰਦ ਨੂੰ ਸਮਝਣਾ ਚਾਹੀਦਾ ਹੈ ਜਿਹੜਾ ਅੱਗੇ ਜਾ ਕੇ ਸਾਧਾਰਨ ਤੋਂ ਬੰਨਣ ਵਾਲਾ ਵੇ ਮੂ ਚੁੱਕਿਆ ਥੋੜੀ ਨਾ ਹੁੰਦਾ ਵੇ ਕਿ ਤੁਸੀਂ ਜੂਨ ਚ ਕਾਨੂੰਨ ਪਾਸ ਕਰਦੇ ਹੋਗੇ ਜਦੋਂ ਕਰੋਨਾ ਚੱਲਦਾ ਪਿਆ ਕੋਈ ਤੁਹਾਡੇ ਖਿਲਾਫ ਬੋਲ ਨਾ ਸਕੇ ਪਾਰਲੀਮੈਂਟ ਚ VOTING ਨਾ ਕਰਾਓਗੇ ਤੁਸੀਂ ਹੱਥ ਨਾ ਚੁਕਵਾਓਗੇ ਆਪੋਜੀਸ਼ਨ ਹੈ ਕਿ ਨਹੀਂ ਤੁਸੀਂ ਬੈਠ ਕੇ ਐਵੇਂ ਕਾਨੂੰਨ ਪਾਸ ਕਰਦੇ ਹੋਗੇ ਜਿਵੇਂ ਨੋਟਬੰਦੀ ਕਰਦੇ ਹੋ ਕਿ GST ਲਾ ਦੇ ਹੋਗੇ ਅੱਜ ਤੇ ਐਤ ਕੀਤੇ ਮੋਦੀ ਜੀ ਨੇ ਸ਼ੇਰ ਦੀ ਮਾਂ ਚ ਹੱਥ ਪਾ ਦਿੱਤਾ ਵੇ ਉਹਨਾਂ ਤੇ ਗੱਲੇ ਦੀ ਫਾਂਸ ਬਣ ਗਿਆ ਵੇ ਨਾ ਤੋ ਇੱਧਰ ਤੇ ਨਾ ਉੱਧਰ ਤੇ ਜੇ ਇੱਧਰ ਉੱਧਰ ਦੀ ਹੁੰਦੇ ਹੁੰਦੇ ਉਨਤਕ ਫੈਸਲਾ ਹੋ ਚੁੱਕਿਆ ਹੁੰਦਾ ਤੇ ਮੇਰੇ ਹਿਸਾਬ ਨਾਲ ਤੇ ਸਾਰੇ ਬੰਦਿਆਂ ਨੂੰ ਜਿਹੜੇ اپੋਜ਼ ਕਰ ਰਹੇ ਨੇ ਦਿਮਾਗ ਨਾਲ ਦਿਲ ਨਾਲ ਸੋchnਾ ਦਿਮਾਗ ਨਾਲ ਘੱਟ ਤੇ ਦਿਲ ਨਾਲ ਜ਼ਿਆਦਾ ਸੋchnਾ ਚਾਹੀਦਾ ਹੈ ਜੀ ਉਹ ਜਿਹੜੇ ਨਹੀਂ ਸੋਚਦੇ ਉਹ ਸਭ ਤੋਂ ਵੱਡੇ ਗੱਦਾਰ ਨੇ ਜਿਨ੍ਹਾਂ ਨੇ ਸੁਤੰਤਰਤਾ ਦੀ ਲੜਾਈ ਚ ਹਿੱਸਾ ਨਹੀਂ ਲੀਤਾ ਕਮਕਮ ਅੱਜ ਤਾਂ ਹਿੱਸਾ ਲੈ ਲੋ ਅੱਜ ਤਾਂ ਹਿੱਸਾ ਲੈ ਲੋ ਅੱਜ ਤੁਸੀਂ ਪਹਿਲੇ ਅੰਗਰੇਜ਼ਾਂ ਦੇ ਤੇ ਕਿ ਅੱਜ ਤੁਸੀਂ ਦੂਸਰੇ ਆਪਣੇ ਭਾਰਤੀਆਂ ਦੇ ਨਾਲ ਗੁਲਾਮ ਬੰਨਨ ਨੂੰ ਤਿਆਰ ਬੈਠੇ ਹੋ ਅੰਬਾਨੀਆ ਦਾਨੀ ਦੇ ਨਾਲ ਤੇ ਅੱਜ ਦੇ ਸੱਲਾਹ ਨੂੰ ਸੁਤੰਤਰਤਾ ਦੀ ਲੜਾਈ ਤੇ ਜਿਹੜਾ ਤੁਹਾਨੂੰ ਮੌਕਾ ਮਿਲਿਆ ਵੇ ਬਿਲਕੁਲ ਗਲਤ ਹੈ ਜਿਹੜੇ ਇਹਨੂੰ ਗਲਤ ਕਹਿੰਦੇ ਨੇ ਬਿਲਕੁਲ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਵੇ ਅਸੀਂ ਆਨੇ ਸਾਡੀ ਮਰਜ਼ੀ ਹੈ ਸਾਡੇ ਗੱਲੇ ਤੇ ਕੋਈ ਅੰਗੂਠਾ ਨਹੀਂ ਰੱਖਦਾ ਜਦੋਂ ਸਾਡਾ ਦਿਲ ਕਹਿੰਦਾ ਵੇ ਉਦੋਂ ਅਸੀਂ ਇੱਥੇ ਪਹੁੰਚ ਜਾਂਦੇ ਆ ਭਾਵੇਂ ਤਨ ਨਾਲ ਕਰੀਏ ਭਾਵੇਂ ਮਨ ਨਾਲ ਕਰੀਏ ਭਾਵੇਂ ਮਨ ਨਾਲ ਤੇ 24 ਘੰਟਿਆਂ ਦੇ ਨਾਲ ਆ ਜੀ ਜੀ ਮਨ ਨਾਲ ਤੇ 24 ਘੰਟਿਆਂ ਦੇ ਨਾਲ ਆ ਉਰਦੇ ਬੈਠੇ ਜਾਗਦੇ ਬਰਾ ਕਈ ਵਾਰੀ ਖਿਆਲ ਵੀ ਆਉਂਦਾ ਕਿ ਯਾਰ ਬਾਰੇ ਸਾਡੇ ਕਿਸਾਨ ਵੀਰ ਕਿੱਥੇ ਸੁੱਤੇ ਪਏ ਨੇ ਇਹਨਾ ਮੁਸ਼ਕਲ ਏ ਉਹ ਲੋਇਆ ਜਿਹਨੂੰ ਗਰਮੀ ਨਹੀਂ ਗਰਮੀ ਤੇ ਆਤੀ ਨਹੀਂ ਲੱਗਦਾ ਸਰਦੀ ਤੇ ਆਤੀ ਨਹੀਂ ਲੱਗਦਾ ਬੈਠੇ ਹੋਏ ਨੇ ਬੱਚੇ ਨੇ ਬਿਨਾਨੀਆਂ ਨੇ ਯਾਰ ਕਾਰ ਬਾਰ ਸੌਣ ਕੇ ਬੈਠੇ ਹੋਏ ਨੇ ਕੁਝ ਸਰਕਾਰ ਨੂੰ ਦਿਮਾਗ ਨਾਲ ਕੰਮ ਲੈਣਾ ਚਾਹੀਦਾ ਕੁਝ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਜੀ ਕਿਸਾਨ ਤਾਂ ਉੱਥੇ ਪਿਕਨਿਕ ਮਨਾਉਣ ਗਏ ਹੋਏ ਨੇ ਉਹਨਾਂ ਨੂੰ ਕੋਈ ਜਵਾਬ ਦੇਣਾ ਚਾਹੋਗੇ ਲਾਣਤ ਹੈ ਇਹਦੇ ਲੋਕਾਂ ਨੂੰ ਲਾਣਤ ਹੈ ਜਿਹੜੇ ਸੋਚਦੇ ਨੇ ਪਿਕਨਿਕ ਮਨਾਓ ਉਹਨਾਂ ਲਈ ਕਹੋ ਤੁਸੀਂ ਆਓ ਤੁਸੀਂ ਵੀ ਸੱਜ ਨਾਲ ਪਿਕਨਿਕ ਮਨਾਓ ਉਹ ਵੀ ਅੰਜ ਪਿਕਨਿਕ ਮਨਾਓ ਕਿਸੇ ਨੂੰ ਮਨ ਨਾ ਥੋੜੀਏ ਸਭ ਦਾ ਇੱਥੇ ਕੁਲਾ ਆਉਂਦੀ ਇੱਥੇ ਪਿਕਨਿਕ ਮਨਾਓ ਮਨਾਓ ਬੈਠੋ ਤੁਸੀਂ ਐਸੇ ਰਾਤੀ ਰਾਤੀ ਪਿਕਨਿਕ ਮਨਾਓ ਦਿਨੇ ਮਨਾਓ ਸ਼ਾਮੀ ਮਨਾਓ ਜਦੋਂ ਕਿਸੇ ਦੀ ਰੋਕ ਥੋੜੀ ਜੇ ਤੁਹਾਨੂੰ ਪਿਕਨਿਕ ਲੱਗੀ ਭੀ ਆਓ ਤੁਸੀਂ ਵੀ ਮਜ਼ਾ ਕਰੋ ਜੀ ਮਜ਼ਾ ਕਿਉਂ ਕਿਉਂ ਵालतू ਬੋਲਦੇ ਹੋ ਕਰੋ ਨਾ ਮਜ਼ੇ ਪਿਕਨਿਕ ਦੇ ਲਵੋ ਨਾ ਫਿਰ ਤੇ ਦੋ ਦਿਨ ਹੀ ਲੈ ਲੋ ਡੇਢ ਮਹੀਨਾ ਤੇ ਬੜੇ ਦੋ ਦਿਨ ਇਸ ਪਿਕਨਿਕ ਦੇ ਮਜ਼ੇ ਲੈ ਲਓ ਤੁਹਾਨੂੰ ਪਤਾ ਲੱਗ ਜਾਏਗਾ ਪਿਕਨਿਕ ਕਹਿੰਦੇ ਕਿ ਨੂੰ ਸਾਰੀ ਜ਼ਿੰਦਗੀ ਪਿਕਨਿਕ ਭੁੱਲ ਜਾਣਗੇ ਫਿਰ ਉਹ ਫालतू ਬੋਲਣ ਦੀ ਲੋਕਾਂ ਦੀ ਆਦਤ ਹੁੰਦੀ ਹੈ ਸਰਕਾਰ ਜੋ ਹੈ ਲਗਾਤਾਰ ਕਿਸਾਨਾਂ ਔਰ ਕਿਸਾਨ ਜਥੇਬੰਦੀਆਂ ਔਰ ਸਰਕਾਰ ਦੇ ਵਿੱਚ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਕਈ ਮੀਟਿੰਗਾਂ ਦੇ ਦੌਰ ਚੱਲ ਚੁੱਕੇ ਨੇ ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਅੜੀਏ ਰਵਈਆ ਸਰਕਾਰ ਕਿਉਂ ਅਪਣਾ ਰਹੀ ਹੈ ਤੁਹਾਨੂੰ ਕੀ ਲੱਗਦਾ ਕਿਉਂਕਿ ਅੰਨ ਦਾ ਤਾਂ ਇਹ ਚਾਹੇ ਉਹ ਪ੍ਰਧਾਨ ਮੰਤਰੀ ਮੋਦੀ ਹੋਣ ਜਾਂ ਸਾਡੇ ਦੇਸ਼ ਦੇ ਰਾਸ਼ਟਰਪਤੀ ਹੋਣ ਜਾਂ ਕੋਈ ਵੀ ਹੋਵੇ ਅਨਦਾਤਾ ਦੇ ਖੇਤ ਵਿੱਚ ਪੈਦਾ ਹੋਈ ਰੋਟੀ ਹੀ ਉਹ ਖਾਂਦਾ ਇਹ ਕੋਈ ਪੈਸਾ ਨਹੀਂ ਖਾਂਦਾ ਕੋਈ ਸੋਨਾ ਨਹੀਂ ਖਾਂਦਾ ਲਈ ਕਹਿ ਰਹੇ ਹੋ ਅਨਦਾਤਾ ਦੇ ਨਾਲ ਅੜੀਆ ਰਵਈਆ ਸਰਕਾਰ ਨੂੰ ਭਾਰੀ ਪੈਣ ਵਾਲਾ ਹੈ ਬਹੁਤ ਭਾਰੀ ਪੈਣ ਵਾਲਾ ਹੈ ਜੀ ਅਜੇ ਤੀਤੀ ਚ ਭਾਰੀ ਨਹੀਂ ਪੈਣ ਵਾਲਾ ਅੱਜ ਦੀ ਤੇਰੀ ਤੇ ਪਾਰੀ ਨਹੀਂ ਪੈਣ ਵਾਲਾ ਇਹ ਬੜੇ ਲੌਂਗ ਰੰਚੇ ਪਾਰੀ ਪੈਣ ਵਾਲਾ ਹੈ ਗਾਵੇ ਐਸ ਵੇਲੇ ਸਰਕਾਰੀ ਇੱਕ ਪਾਸੇ ਕੂਆ ਤੇ ਇੱਕ ਪਾਸੇ ਖਾਈ ਆ ਗਈ ਹੈ ਜੀ ਹੁਣ ਉਹਨਾਂ ਦੀ ਮਰਜ਼ੀ ਹੈ ਖਾਈ ਤੇ ਕੁੱਦਨੇ ਤੇ ਕੂਏ ਤੇ ਕੁੱਦਣਾ ਮੈਂ ਕਿਉਂ ਕਾਨੂੰਨ ਤੇ ਵਾਪਸ ਲੈਣਾ ਪੈਗਾ ਇਹਨਾਂ ਨੂੰ ਉਹ ਜੇ ਨਹੀਂ ਲੈਣਗੇ ਤੇ ਅੱਜ ਦਾ ਜਿਹੜਾ ਅਸਰ ਹੈ ਨਾ ਇਹ ਬੜੇ ਲੰਬੇ ਲੰਬੇ ਵਕਤ ਤੱਕ ਚੱਲਣ ਵਾਲਾ ਵੇ ਚੈਨ ਦੀ ਸਾ ਸਰਕਾਰ ਨੂੰ ਨਹੀਂ ਆਣ ਵਾਲੀ ਫੇਰ ਇਹ ਜਿਹੜਾ ਨੋਟਬੰਦੀ ਹੋ ਜੀਐਸਟੀ ਤੋਂ ਬਾਅਦ ਕਰਕੇ ਬੈਠ ਗਏ ਸੀ ਨਾ ਕਿ ਉਹਨਾਂ ਨੇ ਕੁਝ ਵੀ ਕਰੀਏ ਐਸ ਅੰਦੋਲਨ ਤੋਂ ਬਾਅਦ ਚੈਨ ਦੀ ਸਾ ਨਹੀਂ ਆਏਗੀ ਉਹਨਾਂ ਨੂੰ आप लोकल निवासी हैं यहाँ पर आपने देखा होगा कि इस संघर्ष ने सभी को एक कर दिया है मजहब पंथ जात का कोई भेद नजर नहीं आता नहीं कैसी नहीं। खुशी महसूस करते हैं भारत के नागरिक होने नहीं, के नहीं।, नहीं।, नहीं, नहीं, बहुत अच्छी बात है मैं तो कहती हूँ सबको एक होना ही चाहिए जी बिल्कुल सबको एक होना चाहिए और ये लोग तो सबकी सेवा कर रहे हैं ये कुछ नहीं देख रहे की ये गरीब है ये अमीर है ये कौन है सब बराबर है यहाँ मैंने देखा है कहाँ से लोग उठ के आ रहे हैं साथ दे रहे हैं सब लोग कोई ऐसा नहीं है इधर फंडिंग का एक इशू बहुत आता है कि किसानों को पता नहीं किसने पैसे दे दिए ये तो ये खा रहे वो खा है। रहे हैं लेकिन अभी आप अचार लेकर आए हैं उनके लिए आपके जैसे ही भाई बहन जो आते हैं वो खुद से जो कंट्री करते हैं, जो हैं वो देकर जाते हैं जो लोग ऐसे वाहियात इल्जाम लगाते हैं उनको क्या कहना चाहेंगे आप? मैं तो कहती बेवकूफ है वो बिल्कुल बिल्कुल बेवकूफ़ है वो लोग गलत कर रहे हैं वो लोग खुद आके देखे ना अगर उनको यकीन नहीं हो रहा ना तो जाके देखे वहाँ पर कि कैसे हो रहा है ये तो ऐसे कहने को कुछ भी कह दो कि वहाँ से आ रहा है ये आ रहा है ऐसा कुछ नहीं है जिसकी जितनी श्रद्धा है ना वो अपना दिल खोल के कर रहा है सेवा आज किस चीज ने आपको मजबूर कर दिया यहाँ इस संघर्ष में आने के लिए किस चीज के लिए आप क्या आपके अंदर दर्द उत्पन्न हुआ कि नहीं, आज मेरे अन्नदाता जो है जिसके हाथ का हम खाना खाते हैं वो, वो दुखी, दुखी है दुखी है बिल्कुल सही बात है कि इनको देख के यही तो हमारे लिए कर रहे हैं आज अगर ये कर रहे हैं तो हमारे लिए कर रहे हैं, इनको क्या फर्क पड़ता है जी। ये तो हम सबके लिए अगर ये सोचे तो ये सब हमारे लिए ही कर रहे हैं तो इसलिए सब लोगों को इकट्ठे होके इनके साथ आना चाहिए आखिरी सवाल तो लवाने इतोलन खुद देख रहे हो ਇਤੋਂ ਦਿਨ ਇੰਡਸਟਰੀਅਲ ਏਰੀਆ ਇਹ ਦਿਨ ਦੇ ਵਿੱਚ ਹਜ਼ਾਰਾਂ ਕੁੜੀਆਂ ਇੱਥੋਂ ਲੰਘਦੀਆਂ ਨੇ ਜੋ ਫੈਕਟਰੀਜ਼ ਦੇ ਵਿੱਚ ਜਾਂ ਕੰਪਨੀਆਂਜ਼ ਦੇ ਵਿੱਚ ਕੰਮ ਕਰਦੀਆਂ ਨੇ ਪਰ ਇਹ ਸੰਘਰਸ਼ ਇੱਕ ਅਜਿਹਾ ਸੰਘਰਸ਼ ਹੈ ਨਾ ਤਾਂ ਕੋਈ ਮੇਣਾ ਕਿਸੇ ਨੂੰ ਤੇ ਨਾ ਹੀ ਕਿਸੇ ਤਰ੍ਹਾਂ ਦਾ ਕਿਸੇ ਨੂੰ ਪਰੇਸ਼ਾਨ ਕੀਤਾ ਗਿਆ ਜੀ ਲੜਕੀਆਂ ਜੋ ਉਹਨਾਂ ਨੂੰ ਧੀਆਂ ਭੈਣਾਂ ਦੀਆਂ ਨਜ਼ਰਾਂ ਨਾਲ ਵੇਖਿਆ ਜਾਂਦਾ ਏ ਇੱਕ ਖਾਲਾ ਕੀ ਇਹ ਦਿੱਲੀ ਦਾ ਏਰੀਆ ਏ ਦਿੱਲੀ ਦੇ ਨਾਲ ਲੱਗਦਾ ਏਰੀਆ ਜਿੱਥੇ ਕ੍ਰਾਈਮ ਰੇਟ ਕਾਫੀ ਉੱਪਰ ਹੈ ਪਰ ਕਿਸਾਨ ਸੰਘਰਸ਼ ਦੀ ਜਿੱਤ ਮੰਨਦੇ ਹੋ ਕਿ ਈਆਂ ਪੈਣਾ ਸੇਫ ਫੀਲ ਕਰਦੀਆਂ ਨੇ ਇੱਥੋਂ ਦੇ ਜੋ ਲੋਕ ਨੇ ਉਹਨਾਂ ਨੇ ਆਪਣੇ ਘਰ ਖੋਲ ਦਿੱਤੇ ਨੇ ਕਿ ਆਓ ਵਰਤੋ ਨਾਓ ਬਿਲਕੁਲ ਬਿਲਕੁਲ ਜਿੱਤ ਮੰਨਦੇ ਹੋ ਇਸ ਨੂੰ ਬਿਲਕੁਲ ਜੀ ਕਿਉਂ ਨਹੀਂ ਐਸਾ ਬਹੁਤ ਵੱਡੀ ਜਿੱਤ ਹੈ ਕਿ ਸਾਰੇ ਨੱਠ ਰੰਮੇ ਨਾਲ ਸਾਰੇ ਸਾਰੇ ਇੱਨੇ ਠਰਮੈ ਨਾਲ ਬੈਠੇ ਹੋਏ ਨੇ ਆਂਦੇ ਜਾਂਦਿਆਂ ਦੀ ਨਾਲ ਸੇਵਾ ਕਰਦੇ ਪਏ ਨੇ ਧੀਆਂ ਭੈਣਾਂ ਨੂੰ ਇੱਜ਼ਤ ਦਿੰਦੇ ਪਏ ਨੇ ਆਪਣਾ ਧਿਆਨ ਰੱਖਦੇ ਪਏ ਨੇ ਅਸੀਂ ਤਾਂ ਕੁਝ ਨਹੀਂ ਕਰਦੇ ਦੀ ਅਸੀਂ ਤੇ ਮੇਰੇ ਖਿਆਲ ਲੱਗਦਾ ਵੇ ਕਿ ਇੱਕ ਬੂੰਦ ਦੇ ਬਰਾਬਰ ਆ ਜਾਂਦੇ ਆ ਪਤਾ ਨਹੀਂ ਤੁਸੀਂ ਲੋਕ ਸਾਡੇ ਲਈ ਕੀ ਕਰਦੇ ਪਿਓ ਸਾਡੇ ਪੁਵਿਕ ਲਈ ਕੀ ਕਰਦੇ ਪਿਓ ਧੀਆਂ ਭੈਣਾਂ ਨੂੰ ਸਾਨੂੰ ਤਾਂ ਨਹੀਂ ਸੁਣਨ ਨੂੰ ਮਿਲਿਆ ਕਿ ਕਿਸੇ ਨੇ ਪੀ ਕੇ ਇੱਥੇ ਕੋਈ ਗੰਗਾ ਕੀਤਾ ਹੋਵੇ ਕਿਸੇ ਨੇ ਕਿਸੇ ਕੁੜੀ ਨੂੰ ਛੇੜਿਆ ਹੋਵੇ ਕਿਸੇ ਨੇ ਕਿਸੇ ਰਕ ਤੇ ਪੱਥਰ ਮਾਰੇ ਹੋਵੇ ਕਿਸੇ ਨੇ ਕੋਈ ਗੱਡੀ ਰੋਕੀ ਹੋਵੇ ਹਾਂ ਗੱਡੀ ਰੋਕੀਆਂ ਜਰੂਰ ਨਹੀਂ ਜੀ ਲੇਕਿਨ ਉਹਨਾਂ ਦੀ ਇੱਜ਼ਤ ਮਾਨਣ ਲੋਨਾਂ ਨੂੰ ਕੁਝ ਖਾਣ ਪੀਣ ਲਈ ਰੋਕੀਆਂ ਨੇ ਉਹਨਾਂ ਨੂੰ ਕੁਝ ਪਰੇਸ਼ਾਨ ਕਰਨ ਲਈ ਨਹੀਂ ਰੋਕੀਆਂ ਠੀਕ ਹੈ ਟ੍ਰੈਫਿਕ ਦੀ ਪਰੇਸ਼ਾਨੀ ਹੈ ਪਰ ਨਹੀਂ ਅਸੀਂ ਬਿਲਕੁਲ ਜਿੱਤ ਮੰਨਾਂਗੇ ਔਰ 200% ਜਿੱਤ ਮੰਨਾਂਗੇ ਔਰ 1000% ਜਿੱਤ ਹੋਏਗੀ ਬੋਲੇ ਸੋਨੇ ਸੋਹਣਿਆ ਸੋ ਧੰਨਵਾਦ ਤੁਹਾਡਾ ਸਮਾਂ ਦੇਣ ਲਈ ਲਗਾਤਾਰ ਜੀ ਇਹ ਤਾਂ ਰੋਜ਼ ਆ ਰਹੇ ਜੇ ਦਵਾ ਮਹੀਨਾ ਹੋ ਗਿਆ ਨੇ ਸਵਾ ਮਹੀਨਾ ਲਗਾਉਂਦੇ ਨੇ ਕਿਸਾਨ ਸੰਘਰਸ਼ ਮੇ ਆ ਪਹੁੰਚੇ ਹੈ ਕੀ ਕਹਿਣਾ ਚਾਹਤੇ ਹੈ ਮੈਂ ਇਹ ਕੀ ਬਾਤ ਕਹਿਣਾ ਚਾਹਤੀ ਹੂੰ ਕਿ ਇਨਾ ਲੋਗਾਂ ਦੀ ਡਿਟਰਮੀਨੇਸ਼ਨ ਜਿਹੜੇ ਲੋਗ ਇੱਥੇ ਬੈਠੇ ਨੇ ਸਰਕਾਰ ਕਿਸੇ ਵੀ ਭੁਲੇਖੇ ਚ ਨਾ ਰਵੇ ਕਿ ਇਹ ਇੱਥੋਂ ਬਿਨਾ ਮੰਗਾ ਹਟਾਏ ਚਲੇ ਜਾਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਔਰ ਅਸੀਂ ਇਨਾ ਤੋਂ ਮੋਰੇ ਆਪਣੇ ਆਪ ਨੂੰ ਖੜਾ ਕਰਾਂਗੇ ਬਿਲਕੁਲ ਮੈਂ ਡੇਢ ਮਹੀਨੇ ਤੋਂ ਜਿੱਦਨ ਤੋਂ ਮੈਂ 30 ਤਰੀਕ ਤੋਂ ਇੱਥੇ ਆ ਰਹੀ ਹਾਂ ਏਵਰੀ ਡੇ ਸਵੇਰੇ ਮੇਰੇ ਵਾਸਤੇ ਇੰਨੀ ਪ੍ਰੋਟੈਕਸ਼ਨ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਮੈਂ ਕੱਲੀ ਆਣੀ ਆ ਆਪਣੀ ਸੁਸਾਇਟੀ ਵਿੱਚੋਂ ਇੱਥੋਂ ਸਵੇਰੇ 7 ਵਜੇ ਆ ਜਾਣੀ ਆ ਡੇਢ ਸਵੇਰ ਦਾ ਲੰਗਰ ਪਕਦਾ ਫਿਰ ਰਾਤ ਦਾ ਲੰਗਰ ਛਕਾਉਣ ਦੇ ਵੇਲੇ ਇਹ ਨਹੀਂ ਦੇਖਦੇ ਕਿ ਇਹ ਕੌਣ ਹੈਗਾ ਹੈ ਕੋਈ ਕਿਹੜਾ ਆਇਆ ਕਿਹੜਾ ਨਹੀਂ ਆ ਸਭ ਨੂੰ ਬਿਠਾ ਕੇ ਇੱਜ਼ਤ ਨਾਲ ਲੋਟਾਂ ਦਾ ਕਰਦੇ ਨੇ ਬਾਕੀ ਸਰਕਾਰ ਮੋਦੀ ਸ਼ਾ ਜੋ ਮਰਜ਼ੀ ਸਮਝੀ ਜਾਣ ਗੱਲ ਕਰਨ ਨਾ ਕਰਨ ਅਸੀਂ ਉਦੋਂ ਤੱਕ ਨਹੀਂ ਜਾਣਾ ਜਦ ਤੱਕ ਇਹ ਸਾਡੀਆਂ ਸਾਰੇ ਤਿੰਨੋਂ ਦੇ ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ ਕਰਦੇ ਕਾਫੀ ਤੁਸੀਂ ਭਾਵੁਕ ਨਜ਼ਰ ਆ ਰਹੇ ਹੋ ਕਿਸਾਨੀ ਦਾ ਦਰਦ ਦੇਖ ਕੇ ਇਥੇ ਆ ਰਹੇ ਹੋ ਕੀ ਮਨ ਦੇ ਵਿੱਚ ਇਹ ਜਿਹਹਾ ਵਿਚਾਰ ਆਇਆ ਕਿ ਸੁਸਾਇਟੀ ਦੇ ਵਿੱਚੋਂ ਉੱਠ ਕੇ ਇੱਥੇ ਸੇਵਾ ਕਰਨ ਲਈ ਪੁੱਜ ਰਹੇ ਆ। ਦੇਖੋ ਭਾਵੁਕਤਾ ਤੇ ਬਿਲਕੁਲ ਜਾਇਜ਼ ਹੈਗੀ ਹੈ। ਕਿਸੇ ਦੀ ਵੀ ਅੱਖਾਂ ਭਰ ਸਕਦੀਆਂ ਨੇ। ਇਹਨਾਂ ਆਪਣੇ ਵੀਰਾਂ ਦਾ ਦੇਖ ਕੇ ਇਹਨਾਂ ਦੀ ਹਿੰਮਤ ਦੇਖ ਕੇ ਸਾਨੂੰ ਇਹਨਾਂ ਤੇ ਤਰਸ ਨਹੀਂ ਆਉਂਦਾ ਬਿਲਕੁਲ ਵੀ। ਕਿਉਂ ਤਰਸੋ ਉਹਦੇ ਤੇ ਹਾਂ ਨਾ ਕੋ ਜਿਹੜਾ ਕੋਈ ਨਾਜਾਇਜ਼ ਮੰਗਦਾ ਹੋਵੇ ਜਾਂ ਕਿਸੇ ਹੋਵੇ। ਇਹ ਤੇ ਆਪਣੇ ਹੱਕਾਂ ਵਾਸਤੇ ਇੱਥੇ ਬੈਠੇ ਰਹੇ ਔਰ ਅਸੀਂ ਇਹਨਾਂ ਲਈ ਜੋ ਵੀ ਹੈ ਆਪਣੇ ਆਪ ਨੂੰ ਕਿਸੇ ਨੂੰ ਲੱਗਦਾ ਹੋਵੇਗਾ ਰੋਜ਼ ਆਨੇ ਆ ਜਾਣੇ ਆ ਪਰ ਸਾਨੂੰ ਇਹ ਕਿ ਜੋ ਇਹਨਾਂ ਦਾ ਦੁੱਖ ਦਰਦ ਹੈ ਉਹ ਅਸੀਂ ਮਹਿਸੂਸ ਨਹੀਂ ਕਰ ਸਕਦੇ ਅਸੀਂ ਤੇ ਇੱਕ ਬੂੰਦ ਥੋੜੀ ਜਿਹੀ ਸਪੋਰਟ ਬਈ ਤੁਸੀਂ ਭਰਾਵੋ ਤੁਸੀਂ ਘਬਰਾਣਾ ਨਹੀਂ ਬਿਲਕੁਲ ਵੀ ਅਸੀਂ ਤੁਹਾਡੇ ਨਾਲ ਬਿਲਕੁਲ ਬਿਲਕੁਲ 100% ਤੁਹਾਡੇ ਨਾਲ ਆ ਇਥੋਂ ਤੁਸੀਂ ਉਦੋਂ ਤੱਕ ਨਹੀਂ ਜਾਣਾ ਸਾਡੇ ਘਰਾਂ ਦਾ ਇੱਕ ਇੱਕ ਦਾਣਾ ਮੁੱਕ ਜਾਏ ਚਾਹੇ ਲੇਕਿਨ ਅਸੀਂ ਇਥੋਂ ਨਹੀਂ ਜਾਵਾਂਗੇ ਜਦ ਤੱਕ ਸਾਡੀਆਂ ਮੰਗਾਂ ਵਾਪਸ ਨਹੀਂ ਹੋਣਗੀਆਂ ਬਿਲਕੁਲ ਜੀ ਬਿਲਕੁਲ ਸੋ ਤੁਸੀਂ ਵੇਖ ਸਕਦੇ ਹੋ ਕਿ ਇਹ ਕਿਸਾਨ ਅੰਦੋਲਨ ਦਾ ਰੰਗ ਹੈ ਮਾਤਾ ਜੀ ਭਾਵੁਕ ਨਜ਼ਰ ਆ ਰਹੇ ਨੇ ਕਿਸਾਨ ਵੀਰਾਂ ਦਾ ਸਾਥ ਦੇਣ ਜੋ ਆ ਰਹੇ ਨੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਵੀ ਸਾਫ਼ ਕਿਹਾ ਕਿ ਸਰਕਾਰ ਦਾ ਵੇਲਾ ਆ ਚੁੱਕਾ ਹੈ ਹੁਣ ਲਗਾਤਾਰ ਸੋ ਇਹ ਜੋ ਗੱਲ ਲਗਾਤਾਰ ਲੋਕ ਕਹਿ ਰਹੇ ਨੇ ਕਿ ਫੰਡਿੰਗ ਕਿੱਥੋਂ ਹੀ ਫੰਡਿੰਗ ਕਿੱਥੋਂ ਹੀ ਇਹ ਦੇਖ ਲੋ ਇਹ ਸਾਡੀ ਭੈਣ ਬਣ ਕੇ ਆ ਰਹੀ ਹੈ ਤੇ ਆਪਣਾ ਦਰਦ ਸਮਝ ਕੇ ਆ ਰਹੀ ਹੈ ਵੀ ਮੇਰੇ ਲੈ ਕੇ ਕੁਝ ਮੇਤੋਂ ਸੇਵਾ ਹੋ ਜਾ ਮੇਰੇ ਭਰਾਵਾਂ ਦੇ ਇੱਕ ਹੋਰ ਪਰਿਵਾਰ ਆ ਸਾਡਾ ਜੇ ਸਾਡੀਆਂ ਪਿੰਡਾਂ ਦੇ ਵਿੱਚੋਂ ਸਾਡੀਆਂ ਮਾਵਾ ਪੈਣਾ ਬੀਬੀਆਂ ਆ ਜਾਂਦੀਆਂ ਨੇ ਉਹਨਾਂ ਨੂੰ ਵੀ ਰਹਿਣ ਵਾਸਤੇ ਭਾਵੇਂ 50 ਬੰਦੇ ਆ ਜਾਣ ਇਹ ਸਾਨੂੰ ਸਹਾਇਤਾ ਦਿੰਦੇ ਨੇ ਵੀ 50 ਬੁੜੀਆਂ ਨੂੰ ਵੀ ਇਹ ਕਵਰ ਕਰ ਸਕਦੇ ਨੇ ਕਿਸੇ ਕਿਸਮ ਦੀ ਸਾਨੂੰ ਕੋਈ ਤੋੜ ਨਹੀਂ ਹਾਂ ਦੂਜੀ ਗੱਲ ਜਿਹੜੀ ਤੁਸੀਂ ਇਹ ਪੁੱਛਿਆ ਸੀ ਨਾ ਮਦਦ ਕੌਣ ਕਰਦਾ ਹੈ ਮਦਦ ਕਰਦਾ ਬਾਬਾ ਨਾਨਕ ਇਹ ਕੋਈ ਗੱਲ ਨਹੀਂ ਹੈ ਇਹ ਜਿਹੜੀ ਸਰਕਾਰ ਹੈ ਇਹਨੇ ਆਰਧੀਆਂ ਕੋਲ ਵੀ ਜਾ ਕੇ ਉਹਨਾਂ ਦੇ ਖਾਤੇ ਚੈੱਕ ਕਰੇ ਜਿਹੜੇ ਕੋਈ ਬਾਹਰੋਂ ਪੈਸੇ ਭੇਜਦਾ ਸਾਡੇ ਖਾਤੇ 'ਚ ਭੇਜਦਾ ਉਹ ਵੀ ਬੰਦੇ ਇਹਨਾਂ ਨੂੰ ਇਹਨਾਂ ਨੇ ਤੰਗ ਕੀਤੇ ਨੇ ਪਰ ਇਹ ਗੱਲ ਨਹੀਂ ਹੈਗੀ ਉਹ ਅਸੀਂ ਬੰਦੇ ਰੋਕਦੇ ਸੀ ਕਿ ਵੀ ਹਦੋਂ ਦੀ ਦੇ ਦੋ ਜਿਹੜਾ ਕੋ ਦਿਣਾ ਹੈ ਵੀ ਇਹ 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 ਸਾਨੂੰ ਤੰਗ ਕਰਦੇ ਵੀ ਇਸ ਤਰ੍ਹਾਂ ਕਰਕੇ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਵੀ ਕਿੱਥੋਂ ਪੈਸਾ ਆਉਂਦਾ ਹੈ ਕਿਹੜਾ ਮਦਦ ਕਰਦਾ ਮਦਦ ਸਾਡੀ ਕਰਦਾ ਬਾਬਾ ਨਾਨਕ 15 ਮਿੰਟ ਪਹਿਲਾਂ ਸਾਡੇ ਮੰਤਵ ਵਿਚ ਵਿਚਾਰ ਆ ਜਾਂਦਾ ਹੈ ਵੀ ਆ ਚੀਜ਼ ਚਾਹੀਦੀ ਹੈ 15 ਮਿੰਟਾਂ ਦੇ ਵਿੱਚ ਇੱਥੇ ਹਾਜ਼ਰ ਹੋ ਜਾਂਦੀ ਹੈ ਕਿਉਂ ਬਾਬਾ ਨਾਨਕ ਨਹੀਂ ਕਰਦਾ ਜਿਹੜੀ ਇਹ ਸਮਰੱਥਾ ਇੰਨੀ ਇਹ ਬਾਬੇ ਨਾਨਕ ਦੀ ਕਿਰਪਾ ਉਹ ਨਾਲ ਫਿਰਦਾ ਹੈ ਇਹ ਮੈਂ ਗੱਲ ਫੇਰ ਦੁਬਾਰਾ ਕਹਿ ਦਮਾਂ ਇਹਨੂੰ ਕੋਈ ਮਜ਼ਾਕ ਨਾ ਬਣਾਵੇ ਕੋਈ ਇਹਨੂੰ ਇਹ ਨਾ ਕਹੇ ਵੀ ਇਹ ਮੇਲਾ ਦੇਖਿਆ ਜਾਂ ਮੇਲਾ ਬਣਾਵੇ ਬਿਲਕੁਲ ਨਹੀਂ ਮੋਦੀ ਮਰ ਗਿਆ ਮੋਦੀ ਦੀ ਮਕਾਨ ਦੇਣ ਆਇਆ ਇੱਕ ਦੋ ਬੰਦਿਆਂ ਵਾਸਤੇ ਸਾਰੇ ਦੇਸ਼ ਨੂੰ ਵੇਚ ਰਿਹਾ ਹੈ ਕੀ ਅਸੀਂ ਉਹਦੀ ਮਕਾਨ ਨਹੀਂ ਦਿੰਦੇ ਮਕਾਨ ਦਿੰਨੇ ਆ ਉਹਨਾਂ ਦੇ ਵੀ ਦਿੰਨੇ ਆ ਉਹਨਾਂ ਦੇ ਵੀ ਦਿੰਨੇ ਆ ਮੋਦੀ ਦੀ ਵੀ ਦਿੰਨੇ ਆ ਮੋਦੀ ਨੇ ਜਿੰਨਾ ਉਹਦਾ ਹਾਈ ਕਮਾਂਡ ਹੈ ਵਿੱਚੋਂ ਗੱਲਾਂ ਆਉਂਦੀਆਂ ਨੇ ਕੁਛ ਨਾ ਕੁਛੋ ਇਸ਼ਾਰਾ ਕਰਦੇ ਨੇ ਵੀ ਮੋਦੀ ਮੰਨ ਜਾ ਉਹ ਇਕੱਲਾ ਹੀ ਬੰਦਾ ਉਹਨਾਂ ਦੀ ਮਦਦ ਕਰ ਰਿਹਾ ਆ ਦੇਸ਼ ਨੂੰ ਇਹ ਆਜ਼ਾਰ ਰਿਹਾ ਜੇ ਮੈਂ ਕਾਨੂੰਨ ਆਪਣੇ ਲਾਗੂ ਕਰਦਾ ਹੈ ਇਹ ਤਾਂ ਸਮਝ ਲਓ ਵੀ ਜਿਹੜੀ ਖੇਤੀ ਦਾ ਪ੍ਰਬੰਧ ਹੈ ਇਹ ਸਾਰਾ ਖਤਮ ਹੋ ਜੂ ਮਜ਼ਦੂਰ ਖਤਮ ਹੋ ਜੂ ਆੜ੍ਹਤੀਆ ਖਤਮ ਹੋ ਜੂ ਛੋਟਾ ਦੁਕਾਨਦਾਰ ਖਤਮ ਹੋ ਜੂ ਤੇ ਜਦੋਂ ਇਹ ਸਾਰੇ ਖਤਮ ਹੋ ਗਏ ਤੇ ਫਿਰ ਰਿਹਾ ਕਿ ਅਸੀਂ 2 ਸਾਲ ਕੱਢ ਜਾਗੇ ਕਿਉਂਕਿ ਸਾਡੇ ਕੋਲ ਜ਼ਮੀਨ ਹੈਗੀ 2 ਸਾਲ ਤੱਕ ਕਿਸੇ ਨੂੰ ਲਵੇ ਨਾ ਲੱਗਣ ਦੀ ਤੋਂ ਬਾਅਦ ਦੇਖੀਓ ਕੀ ਹੋਣਾ ਸਾਡੇ ਕੋਲ ਆਪਣੇ ਜੋਗੀ ਤਾਂ ਹੋ ਜੂਗੀ ਪਰ ਇਹਨਾਂ ਭਰਾਵਾਂ ਨੂੰ ਕੌਣ ਦਊਗਾ ਇਹਨਾਂ ਭੈਣਾਂ ਨੂੰ ਕੌਣ ਦਊ ਖਾਣ ਨੂੰ ਜੇ ਅਸੀਂ ਪੈਦਾ ਕਰਦੇ ਆ ਤਾਂ ਜਿਹੜੀ ਅੱਜ ਇਹ ਸਕੀਮਾਂ ਚੱਲਦੀਆਂ ਨੇ ਗਰੀਬਾਂ ਨੂੰ ਇਹ ਦੰਦੇ ਨੇ 2 ਰੁਪਏ ਅਨਾਜ ਵਗੈਰਾ ਦਾਣਾ ਉਹ ਕਿੱਥੋਂ ਦੇਣਗੇ ਜਦੋਂ ਉਹ ਲੈ ਗਿਆ ਉਹ ਨਹੀਂ 2 ਰੁਪਏ ਨੂੰ ਦੰਦਾ ਉਹ ਦਊਗਾ ਆਪਣੀ ਮਰਜ਼ੀ ਨਾਲ ਇਹ ਸਰਕਾਰ ਕਿਉਂ ਉਧਰ ਨੂੰ ਜਾਣ ਲੱਗੀ ਇਹਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਆਪਣੇ ਦੇਸ਼ ਨੂੰ ਝਾੜ ਕੇ ਕਿਸੇ ਦੋ ਬੰਦਿਆਂ ਨੂੰ ਇਹ ਸੰਭਾਲਣਾ ਚਾਹੁੰਦਾ ਹੈ ਇਹ ਕੰਮ ਨਹੀਂ ਹੋਣ ਦੇਵਾਂਗੇ ਜਿੰਨਾ ਚਿਰ ਕਾਨੂੰਨ ਵਾਪਸ ਨਹੀਂ ਹੁੰਦੇ ਭਾਵੇਂ ਮੀਂਹ ਆ ਜਾਏ ਹਵਾ ਆ ਜਾਏ ਹਨੇਰੀ ਆ ਜਾਏ ਉਹ ਪ੍ਰੀਖਿਆ ਲੈਂਦਾ ਬਾਬਾ ਨਾਨਕ ਵੀ ਕਿਤੇ ਹਿਲਦੇ ਨੇ ਅਸੀਂ ਨਹੀਂ ਹਿਲਣ ਵਾਲੇ ਬਾਬੇ ਨਾਨਕ ਦਾ ਸਾਡੇ ਤੇ ਹੱਥ ਹੈ ਕਾਲੇ ਕਾਨੂੰਨ ਜਿਹੜੇ ਨੇ ਬਣਾਏ ਨੇ ਉਹਨਾਂ ਨੂੰ ਰੱਦ ਕਰਾ ਕੇ ਜਾਵਾਂਗੇ ਜਿੰਨਾ ਚਿਰ ਉਹ ਰੱਦ ਨਹੀਂ ਕਰਦਾ ਉਹਨਾਂ ਜਿੱਥੋਂ ਅਸੀਂ ਨਹੀਂ ਜਾਵਾਂਗੇ ਪਿੰਡਾਂ ਦੇ ਵਿੱਚੋਂ ਸਾਰਾ ਕੁਝ ਆ ਰਿਹਾ ਹੈ ਕਈ ਲੋਕ ਇਹ ਕਹਿੰਦੇ ਨੇ ਵੀ ਇਹਨਾਂ ਦਾ ਕਰਵਾਰ ਕੌਣ ਕਰਦਾ ਹੈ ਉਹ ਯਾਰ ਸਾਡੇ ਪਰਿਵਾਰ ਨੇ ਕਿਸੇ ਸਮੇਂ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਜੇ ਕਿਸੇ ਭੈਣ ਭਾਈ ਦੇ ਕੋਈ ਤਕਲੀਫ ਆ ਗਈ ਨਾ ਜਦੋਂ ਵੱਡੋ ਨਾਲ ਖੇਤੀ ਕਰਦੇ ਤੇ ਉਹਨੂੰ ਮੂਰੇ ਕੰਮ ਕਰਦੇ ਤੇ ਉਹਦਾ ਵੀ ਇਹਦੀ ਪਹਿਲ ਕਰੋ ਉਸ ਤਰ੍ਹਾਂ ਆ ਜਿਹੜਾ ਸਮਾਜ ਆ ਗਿਆ ਇਹ ਸਮਾਜ ਉਹੀ ਆ ਗਿਆ ਪਿੰਡਾਂ ਦੇ ਵਿੱਚ ਸਾਡੀ ਘਰਾਂ ਦੀ ਰਾਖੀ ਵੀ ਕਰਦੇ ਨੇ ਸਾਡੇ ਘਰਾਂ ਦਾ ਕੰਮ ਵੀ ਕਰਦੇ ਨੇ ਸਾਨੂੰ ਕਿਸੇ ਕਿਸਮ ਦੀ ਕੋਈ ਟੋਟ ਨਹੀਂ ਪਰ ਮੋਦੀ ਨੂੰ ਸਾਬਕ ਸਕਾ ਕੇ ਜਾਵਾਂਗੇ ਕਾਨੂੰਨ ਵਾਪਸ ਕਰਾ ਕੇ ਜਾ ਇੱਕ ਇੱਕ ਬਜ਼ੁਰਗੋ ਸਵਾਲ ਇਹ ਜਿਹੜੀ ਮੈਂ ਦੁਬਾਰਾ ਤੋਂ ਗੱਲ ਕਰ ਰਿਹਾ ਮੈਂ ਨਜ਼ਾਰੇ ਦੀ ਗੱਲ ਇਸ ਲਈ ਕੀਤੀ ਸੀ ਕਿ ਧਰਮਾ ਜਾਤਾ ਐਸਵਾਈਐਲ ਦੇ ਨਾਮ ਤੇ ਪੰਜਾਬ ਹਰਿਆਣਾ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਗਈ ਲੋਕਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਕਿਸਾਨ ਅੰਦੋਲਨ ਇੱਕ ਅਜੀਹਾ ਅਜੂਬਾ ਬਣ ਕੇ ਉੱਭਰਿਆ ਏ ਜਿਸ ਨੇ ਧਰਮ ਜਾਤ ਪੰਥ ਮਜ਼ਬ ਯ ਸਾਰੇ ਭੇਦ ਖਤਮ ਕਰ ਦਿੱਤੇ ਨੇ ਇਸ ਨੂੰ ਕਿਸ ਤਰੀਕੇ ਨਾਲ ਵੇਖਦੇ ਹਾਂ ਦੇਸ਼ ਦੇ ਭਵਿੱਖ ਲਈ ਔਰ ਪੰਜਾਬ ਦੇ ਭਵਿੱਖ ਲਈ ਦੇਖੋ ਜਿਹੜੀ ਗੱਲ ਤੁਸੀਂ ਪਾਣੀ ਪੋਣੀ ਦੀ ਕੀਤੀ ਹੈ ਜਾਂ ਇਹ ਸਰਕਾਰਾਂ ਨੇ ਆਪਣੇ ਲੈਵਲ ਤੇ ਇਹ ਕੰਮ ਕਰ ਤੋਰਿਆ ਹੋਇਆ ਸੀ ਜਦੋਂ 4 ਸਾਲ ਕੋਈ ਗੱਲ ਨਹੀਂ ਕਰਦਾ ਵੀ ਪਾਣੀ ਮੁੱਕ ਗਿਆ ਜਾਂ ਪਾਣੀ ਦੇਣਾ ਹੈ ਜਾਂ ਪਾਣੀ ਦੇਣਾ ਨਹੀਂ ਪੰਜਾਬ ਵਾਲੇ ਕਹਿੰਦੇ ਅਸੀਂ ਬੂੰਦ ਨਹੀਂ ਦੇਣੀ ਹਰਿਆਣੇ ਦਾ ਮੰਤਰੀ ਜਿਹੜੇ ਨੇ ਵੋਟਾਂ ਲੈਣੀਆਂ ਉਹ ਕਹਿੰਦਾ ਮੈਂ ਪਾਣੀ ਦਿਵਾ ਕੇ ਹਟੂੰਗਾ ਇਹ ਤਾਂ ਸਾਡੀ ਭਾਈਵੰਦ ਸਾਂਝ ਕਹ ਇਹ ਸਰਕਾਰਾਂ ਬਾਹਰ ਹੋ ਜਾਣ ਅਸੀਂ ਆਪਣਾ ਆਪ ਫੈਸਲਾ ਬੈ ਕੇ ਕਰ ਲਾਂਗੇ ਅਸੀਂ ਕੋਈ ਇਹ ਇਹ ਦੁਸ਼ਮਣ ਨਹੀਂ ਆ ਕਿਸੇ ਦੇ ਵੀ ਭਾਈ ਨੂੰ ਅਸੀਂ ਇਹ ਕੰਮ ਨਹੀਂ ਦੇਣਾ ਪਰ ਇਹ ਸਰਕਾਰਾਂ ਨੇ ਸਾਨੂੰ ਬੰਨ੍ਹ ਕੇ ਸਾਨੂੰ ਪਰੇ ਪਰੇ ਰੱਖਿਆ ਅੱਜ ਇਹ ਭਾਈ ਸਾਡੇ ਨਾਲ ਨੇ ਇਹ ਕਹਿੰਦੇ ਸਾਨੂੰ ਕਹਿੰਦੇ ਨੇ ਵੱਡਾ ਭਾਈ ਆਪਣੇ ਆਪ ਨੂੰ ਛੋਟਾ ਭਾਈ ਮੰਨਦੇ ਨੇ ਵੀ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਮਾੜੀਆਂ ਮੋਟੀਆਂ ਉਹ ਅਸੀਂ ਆਪੇ ਸੈੱਟ ਕਰ ਲਾਂਗੇ ਇਹ ਸਰਕਾਰਾਂ ਨੇ ਹੁਣ ਗਾਹਾਂ ਨੂੰ ਸੋਚ ਕੇ ਖੜਨਾ ਜੋ ਫੋਟਪਾਉ ਤੇ ਰਾਜਕਰੋ ਦੀ ਰਾਜਨੀਤੀ ਸੀ ਉਹ ਇਸ ਅੰਦੋਲਨ ਨੇ ਫੇਲ ਕਰ ਦਿੱਤੀ ਹੈ ਬਿਲਕੁਲ ਫੇਲ ਕਰਤੀ ਉਹ ਇਹਨਾਂ ਦੀ ਰਾਜਨੀਤੀ ਨੂੰ ਤਾਂ ਜਮੇ ਜਿਉਂ-ਜਿਉਂ ਗਾਹਾਂ ਲੰਬਾ ਜਿੰਨਾ ਲੰਬਾ ਕਰੂਗਾ ਇਹ ਇਹ ਸਾਰੀਓ ਰਾਜਨੀਤੀ ਖਤਮ ਹੋਣੀ ਹੈ ਜਿਹੜੀ ਅੱਜ ਮਾੜੀ-ਮੋਟੀ ਹੈ ਨਾ ਉਹ ਵੀ ਖਤਮ ਹੋ ਜਾਣੀ ਹੈ ਅਸੀਂ ਸਟੇਜ ਤੇ ਨਹੀਂ ਚੜਨ ਦੇ ਰਾਜਨੀਤਾਂ ਨੂੰ ਕੰ ਜੀ ਜੀ ਇਹ ਪਹਿਲੇ ਦਿਨ ਜਿੱਦਨੇ ਸੰਗਠਨ ਬਣਿਆ ਉਦੋਂ ਇਹ ਐਲਾਨ ਕਰਤਾ ਸੀ ਵੀ ਸਿਆਸੀ ਬੰਦਾ ਆਪਾਂ ਨੇ ਸਟੇਜ ਤੇ ਨਹੀਂ ਬੋਲਣ ਦੇਣਾ ਅਸੀਂ ਬੋਲੂ ਨਹੀਂ ਦਿੱਤਾ ਅਸੀਂ ਪੌਣੇ 2 ਮਹੀਨੇ ਰੇਲਾਂ ਤੇ ਬੈਠੇ ਆਂ ਤੇ ਹੁਣ ਦਿਨ ਲੋ ਮਹੀਨਾ ਸਵਾ ਮਹੀਨਾ ਇੱਥੇ ਵੀ ਹੋ ਗਿਆ ਪਰ ਸਿਆਸੀ ਬੰਦਾ ਨਹੀਂ ਇਸ ਚੜਨ ਦਤਾ ਸੋ ਧੰਨਵਾਦ ਤੁਹਾਡਾ ਹਾਂਜੀ ਇੱਕ ਗੱਲ ਹੋਰ ਕਰਾਂਗੀ ਪਾਣੀ ਦੀ ਗੱਲ ਤਾਂ 70 ਸਾਲ ਤੋਂ ਚੱਲਦੀ ਐ ਇਹ ਅੱਜ ਦੀ ਥੋੜੀ ਐ ਇਹ ਇਹਨਾਂ ਨੇ ਜਾਣ ਬੁੱਝ ਕੇ ਹੁਣ ਚੁੱਕੀ ਐ ਕਿ ਕਿਸੇ ਤਰ੍ਹਾਂ ਅਸੀਂ ਫੇਰ ਜਿਹੜੀ ਕਟ ਹੋਈ ਐ ਉਹਨੂੰ ਵੱਖਰਾ ਕਰਨ ਵਾਸਤੇ ਹੁਣ ਇਹਨਾਂ ਲੋਕਾਂ ਨੇ ਹਰਿਆਣਾ ਔਰ ਪੰਜਾਬ ਨੇ ਆਪਸ ਵਿੱਚ ਡਿਸਾਈਡ ਕਰ ਲਿਆ ਇਸ ਮਸਲੇ ਲਈ ਸਾਨੂੰ ਤੁਹਾਡੀ ਲੋੜ ਨੇ ਸਰਕਾਰਾਂ ਦੀ ਸਾਨੂੰ ਬਿਲਕੁਲ ਲੋੜ ਨਹੀਂ ਇਹ ਸਾਡਾ ਆਪਣਾ ਮਸਲਾ ਹੈ ਦੋ ਸਟੇਟ ਕੀ ਆਪਸ ਵਿੱਚ ਇੰਨਾ ਕੰਮ ਹੀ ਨਹੀਂ ਕਰ ਸਕਦੇ ਜਿਹੜਾ ਇੰਨਾ ਵੱਡਾ ਜੂਮ ਚਲਾ ਸਕਦੇ ਨੇ ਤੇ ਇਹ ਸਰਕਾਰ ਜਿਹੜੇ ਵੀ ਇਹ ਸਭ ਇਹਨਾਂ ਦੀ ਗੁੰਡਾਗਰਦੀ ਹੈ ਇਹ ਇਸ ਅੰਦੋਲਨ ਨੂੰ ਫੇਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਿਸਾਨ ਵਾਸਤੇ ਕੁਝ ਵੀ ਕਰਨ ਦੀ ਹਾਲੇ ਤੱਕ ਸਰਕਾਰ ਵੱਲੋਂ ਕੋਈ ਪਹਿਲ ਨਹੀਂ ਹੋਈ ਇੱਕ ਗੱਲ ਮੈਂ ਛੋਟੀ ਦੀ ਕਹਿੰਦੇ ਤਵਾਂ ਜਿਹੜਾ ਵੀ ਅੰਦੋਲਨ ਚੱਲਦਾ ਪਿਆ ਪਿਛਲੇ 1.5 ਮਹੀਨੇ ਤੋਂ इस अंदोलन ने बाकी अंदोलनकारिया ने भी गल सिखा दी है कि बसा साड़न आपस से लड़न नाल कुछ नहीं हों शांति नाल भी बड़े मसले सुलझाए जा सकते ने अपना हौसला रखना चाहता वे बिल्कुल हौसले नाल बैठे रहो शांति तो वड्डी कोई चीज नहीं हैगी सारी चीज राजनीति नाल नहीं हूँ शांति नाल हुंदी है और तुसे देखना है शांति नाल मसला हल होएगा कानून वापस होएगा और बड़ी इज्जत नाल किसान वापस जाएंगे सिर्फ उच्चा करके पंजाब जाए ਇੱਕ ਸਵਾਲ ਤੁਹਾਡੇ ਤੋਂ ਲੈਣਾ ਚਾਹਾਂਗੇ ਪੰਜਾਬ ਦੀ ਨੌਜਵਾਨੀ ਤੇ ਜਾਂ ਹਰਿਆਣਾ ਦੀ ਨੌਜਵਾਨੀ ਤੇ ਦੋਸ਼ ਲਾਉਂਦੇ ਸਨ ਕੁਝ ਪਾਰਟੀਆਂ ਵਾਲੇ ਤੇਰਾ ਵਾਲੇ ਕਿ ਇਹ ਤਾਂ ਜੀ ਨਸ਼ੇ ਨੇ ਖਾ ਲੇ ਜੋ ਬਾਕੀ ਬੱਚੇ ਨੇ ਬਾਹਰ ਚਲੇ ਗਏ ਨੇ ਇਹਦਾ ਜਵਾਬ ਮੈਂ ਦਿੰਨੀ ਆ ਅੱਜ ਆਪ ਮੋਹਾਰੇ ਤੁਰ ਕੇ ਨੌਜਵਾਨ ਬਜ਼ੁਰਗਾਂ ਦਾ ਸਾਥ ਦੇਣ ਲਈ ਆ ਰਹੇ ਨੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਕਿਹੋ ਜੀ ਖੁਸ਼ੀ ਮਹਿਸੂਸ ਕਰ ਰਹੇ ਹਾਂ ਅਸਰੇ ਜੀ ਜਿਸਨਾ ਮੈਂ ਬੜੀ ਮੈਂ ਸਰ ਪੋਲਿਟਿਕਸ ਦੀ ਗੱਲ ਨਹੀਂ ਆਗੀ ਮੈਂ 70 ਸਾਲ ਦੀ ਹੋਣ ਲੱਗੀ ਆ ਜੀ ਅੱਜ ਤੋ ਪਹਿਲੇ ਹਿੰਦੂ ਖਤਰਾ ਚ ਨਹੀਂ ਸੀ ਅੱਜ ਹਿੰਦੂ ਗਵਰਨਮੈਂਟ ਆ ਤੇ ਹਿੰਦੂ ਖਤਰਾ ਤੇ ਆ ਗਿਆ ਦੂਸਰੀ ਗਵਰਨਮੈਂਟਾਂ ਨੇ ਤੇ ਹਿੰਦੂ ਸੁਰੱਖਿਟ ਹੈ ਐਸੇ ਤਰ੍ਹਾਂ ਹੀ ਜੋ ਗਵਰਨਮੈਂਟ ਕਹਿੰਦੀ ਹੈ ਨਾ ਜੋ ਖਬਰਾਂ ਤੇ ਛਪਦੇ ਜੋ ਟੀਵੀ ਤੇ ਖੰਦਾ ਹੈ ਲੋਕਾਂ ਨੂੰ ਉਹ ਹੀ ਨਜ਼ਰ ਆਂ ਜਾਏ ਪਰ ਬੜ ਉੱਡਦਾ ਪੰਜਾਬ ਵਰਗੀ ਪਿਕਚਰ ਬਣਾ ਦਿੱਤੀ ਕਿਉਂ ਬਣਾਈ ਵੀ ਤੁਸੀਂ ਪੰਜਾਬ ਦੀ ਹਰਿਆਲੀ ਤੇ ਪੰਜਾਬ ਦੀ ਖੁਸ਼ਹਾਲੀ ਤੇ ਬਣਾਓ ਔਰ ਜੇ ਲੋਕਾਂ ਦੇ ਪੁੱਤਰ ਬੱਚੇ ਬਾਹਰ ਗਏ ਨੇ ਤੇ ਅੱਜ ਉਹ ਪੁੱਛਣੇ ਫੰਡਿੰਗ ਕਿੱਥੋਂ ਆਂਦੀ ਪਈਏ ਦਿਲ ਉਹਨਾਂ ਦਾ ਹੱਲੇ ਵੀ ਪੰਜਾਬ ਲਈ ਟੜਕਦਾ ਵੇ ਹੱਲੇ ਵੀ ਪੰਜਾਬ ਲਈ ਟੜਕਦਾ ਹੈ ਫੰਡਿੰਗ ਆਂਦੀ ਹੈ ਜ਼ਰੂਰ ਆਂਦੀ ਹੈ ਉਹਨਾਂ ਦੇ ਮਾਪੇ ਉਹਨਾਂ ਨੇ ਉਹਨਾਂ ਨੂੰ ਇਸ ਕਾਬਲ ਬਣਾਇਆ ਵੇ ਤੁਸੀਂ ਬਾਹਰ ਜਾਓ ਪੈਸਾ ਕਮਾਓ ਪੱਕੇ ਮਕਾਨ ਬਣਾਓ ਵਡੀਆਂ ਗੱਡੀਆਂ ਚਲਾਓ ਔਰ ਇਹੋ ਜਿਹੇ ਅੰਦੋਲਨ ਹੋਵੇ ਤਾਂ ਦਿਲ ਖੋਲ ਕੇ ਤੁਸੀਂ ਮਦਦ ਕਰੋ ਤੇ ਫੰਡਿੰਗ ਆਂਦੀ ਪਈਏ ਪੰਜਾਬ ਦੀ ਫੰਡੀ

ਕਿਉਂਕਿ ਪੰਜਾਬ ਸਭ ਤੋਂ ਉੱਤੇ ਵੇ ਤੇ ਪੰਜਾਬੀ ਔਰ ਪੰਜਾਬ ਸਭ ਤੋਂ ਉੱਤੇ ਨੇ ਪੰਜਾਬ ਨੂੰ ਤਬਾਹ ਕਰਨ ਵਾਲੇ ਮੀਡੀਆ ਔਰ ਸਰਕਾਰਾਂ ਆ ਗਿਆ ਨੇ ਝੂਠੀਆਂ ਵਾਹ ਉਡਾ ਉਡਾ ਕੇ ਸੋ ਅੱਗੇ ਸਰਕਾਰਾਂ ਨਹੀਂ ਦਿੰਦਾ ਜਿਹੜਾ ਮਤਲਬ ਕੰਮ ਨਹੀਂ ਇਹ ਨਸ਼ੇ ਦਾ ਕੰਮ 75% ਤਾਂ ਆਇਰਲੈਸ ਕਰੀ ਫਿਰਦੇ ਨੇ ਬੱਚੇ ਪੰਜਾਬ ਦੇ ਹਰਿਆਣੇ ਦੇ ਔਰ ਇਹ ਸਰਕਾਰ ਕਹਿ ਰਹੀ ਹੈ ਕਿ ਕਿਸਾਨ ਪੜ੍ਹੇ ਲਿਖੇ ਨਹੀਂ ਇਹਨਾਂ ਨੂੰ ਕਾਨੂੰਨ ਸਮਝ ਨਹੀਂ ਆ ਰਹੇ ਇਹ ਦੋਰਾ ਰਵਈਆ ਇਹ ਤੁਸੀਂ ਉਸ ਗੱਲ ਤੇ ਆਉਣਾ ਚਾਹੁੰਦੇ ਸੀ ਇਹ ਤੇ ਮੇਰੀ ਗੱਲ ਹੈ ਜਿੰਨੀ ਵਾਰ ਸਾਡੇ ਬੰਦੇ ਉਹਨਾਂ ਨਾਲ ਗੱਲ ਕਰਨਗੇ ਨੇ ਉਹ ਕਹਿੰਦੇ ਤੁਹਾਨੂੰ ਸਮਝ ਨਹੀਂ ਆ ਰੇ ਮੋਦੀ ਔਰ ਸ਼ਾ ਦੋਨੋ ਆ ਜਾਣ ਇੱਥੇ ਬਾਰਡਰ ਦੇ ਉੱਪਰ ਖੁੱਲ ਕੇ ਕਹਿੰਨੇ ਆ ਉਹਨਾਂ ਨੂੰ ਇੱਕ ਤਿੰਕੇ ਦਾ ਵੀ ਕੋਈ ਕੁਝ ਨਹੀਂ ਹੋਵੇਗਾ ਇੱਥੇ ਸਾਡੇ ਚ ਬਹਿ ਕੇ ਆ ਕੇ ਗੱਲ ਤੇ ਸਾਨੂੰ ਸਮਝਾਣ ਤਾਂ ਸਹੀ ਵੀ ਤੁਸੀਂ ਬੋਤੇ ਚੋਧਰੀ ਤੁਹਾਨੂੰ ਜਿਹੜੀ ਇਹ ਦੋ ਗੱਲਾਂ ਜਿਹੜੀ ਤੁਸੀਂ ਲਿਖ ਦਿੱਤੀਆਂ ਉਹ ਤੁਹਾਨੂੰ ਸਮਝ ਆ ਜਾਂਦੀ ਹੈ ਸਾਨੂੰ ਸਮਝਾਣ ਦੀ ਸਕਸ਼ਮ ਤੇ ਹੋਵੋ ਤੁਸੀਂ ਖੋਲ ਕੇ ਦੱਸੋ ਤੇ ਸਹੀ ਉਹ ਇੱਕੋ ਹੀ ਲਾਈਨ ਬੋਲਦੇ ਨੇ ਨਾ ਕਾਨੂੰਨ ਚੰਗੇ ਨੇ ਸਾਨੂੰ ਇੱਥੇ ਬਹਿ ਕੇ ਆ ਕੇ ਸਮਝਾਓ ਅਸੀਂ ਮੰਨ ਲਾਂਗੇ ਚੰਗੇ ਹੋਣਗੇ ਤੇ ਵੀਰ ਜੀ ਮੈਂ ਇਹ ਗੱਲ ਕਹਾਂ ਐਨਾਂ ਨੇ ਨੋਟਬੰਦੀ ਕੀਤੀ ਕਹਿੰਦੇ ਅਸੀਂ ਪਬਲਿਕ ਦੇ ਅੱਖ ਚ ਕੀਤੀ ਉਹਨੂੰ ਸਮਝ ਨਹੀਂ ਆਈ ਐਨਾਂ ਨੇ ਜੀਐਸਟੀ ਲਾਈ ਕਹਿੰਦੇ ਵਪਾਰੀਆਂ ਨੂੰ ਕਾਨੂੰਨ ਸਮਝ ਨਹੀਂ ਆਇਆ ਐਨਾਂ ਨੇ ਹੁਣ ਇਹ ਕਿਸਾਨਾਂ ਲਈ ਕਿਸਾਨ ਮਤਲਬ ਜਿਹੜਾ ਉਹ ਕੰਮ ਕਰਦਾ ਉਹਨੂੰ ਕਾਨੂੰਨ ਸਮਝ ਨਹੀਂ ਆਉਂਦਾ ਇਹ ਚਾਰ ਬੰਦੇ ਗੱਡੀ ਤੇ ਬੈਠ ਗਏ ਨੇ ਉਹ ਦੋ ਬੰਦਿਆਂ ਨੂੰ ਆਪਣੇ ਤੋਂ ਉੱਤੇ ਬਿਠਾ ਦਿੱਤਾ ਵੇ ਤੇ ਉਹਨਾਂ ਨੂੰ ਸਾਰੇ ਕਾਨੂੰਨ ਸਮਝ ਆ ਜਾਂਦੇ ਨੇ ਔਰ ਮੋਦੀ ਸਾਹਿਬ ਮੋਦੀ ਸਾਹਿਬ ਐਥੇ ਆਣਗੇ ਕਿ ਮੋਦੀ ਸਾਹਿਬ ਇਲੈਕਸ਼ਨ ਚ ਕੋਈ ਡਿਬੇਟ ਕਰਨ ਲੋਕ ਤਿਆਰ ਨਹੀਂ ਹੁੰਦੇ ਟੀਵੀ ਦੇ ਡਿਬੇਟ ਚ ਜਾਂਦੇ ਨੇ ਜੇ ਉਹਨਾਂ ਨੂੰ ਪਹਿਲੇ ਕੁਐਸਚਨ ਬਣਾ ਕੇ ਦਿੱਤੇ ਜਾਂਦੇ ਨੇ ਜੇ ਉਸ ਤੋਂ ਅਲੱਗ ਕੋਈ ਕੁਐਸਚਨ ਪੁੱਛੀ ਦਿੱਤਾ ਤਾਂ ਉਹ ਸੀਟ ਛੋੜ ਕੇ ਭੱਜ ਜਾਂਦੇ ਨੇ ਟੀਵੀ ਦੇ ਉਹ ਡਿਬੇਟ ਕਰਨ ਲਾਇਕ ਹੈਗੇ ਨਹੀਂ ਜੀ ਲਿਖਿਆ ਹੋਇਆ ਭਾਸ਼ਣ ਪੜ੍ਹਦੇ ਨੇ ਉਹ ਤਾਂ ਇੱਕ ਜਿੱਦ ਵਿੱਚ ਮੈਂ ਥੀਏਟਰ ਡਾਇਰੈਕਟਰ ਨਾ ਥੀਏਟਰ ਡਾਇਰੈਕਟਰ ਨੇ ਜਦੋਂ ਸਪੀਚ ਦਿੰਦੇ ਨੇ ਉਹਨੂੰ ਪਤਾ ਹੀ ਕਿੱਥੇ ਮੈਂ ਜ਼ੋਰ ਨਾਲ ਬੋਲਣਾ ਹੈ ਕਿੱਥੇ ਧੀਰੇ ਬੋਲਣਾ ਹੈ ਕਿੱਥੇ ਹੌਲੀ ਹੋਵਾਂਗਾ ਤਾਂ ਤਾਲੀ ਵੱਜ ਕੇ ਫੇਰ ਮੈਂ ਸ਼ੁਰੂ ਹੋ ਜਾਵਾਂਗਾ ਭਾਈਓ ਅਤੇ ਬਹਿਣੋ ਬੱਸ ਮੋਤੀ ਸਾਹਿਬ ਐਕਟਰ ਨਹੀਂ ਔਰ ਕੁਝ ਨਹੀਂ ਨੇ ਸਟੇਜ ਦੇ ਐਕਟਰ ਨੇ ਬਿਲਕੁਲ ਇਹ ਜਿਹੜੀ ਗੱਲ ਨਾ ਕਹਿਣਾ ਵੀ ਸਮਝ ਵਾਲੀ ਗੱਲ ਵੀ ਕਿਸਾਨ ਅਨਪੜ੍ਹ ਨੇ ਇਹਨਾਂ ਨੂੰ ਸਮਝ ਨਹੀਂ ਆਉਂਦੀ ਜਦੋਂ ਸਾਡੇ ਬੰਦਿਆਂ ਨੇ ਹਾਈ ਕਮਾਂਡ ਦੇ ਬੰਦੇ ਅਸੀਂ ਚੁਣ ਕੇ ਬੰਦੇ ਭੇਜੇ ਨੇ ਸਾਡੇ ਵਿੱਚ ਰਿਟਾਇਰ ਜੱਜ ਵੀ ਹੈਗੇ ਨੇ ਬਹੁਤ ਸੀਨੀਅਰ ਸਾਡੇ ਕੋਲ ਵਕੀਲ ਵੀ ਹੈਗੇ ਨੇ ਬਾਕੀ ਜਿਹੜੇ ਸਾਡੇ ਪ੍ਰਧਾਨ ਨੇ ਉਹਨਾਂ ਦੀ ਵੀ ਚੰਗੀ ਪੜ੍ਹਾਈ ਕੀਤੀ ਹੋਈ ਹੈ ਆ ਮੋਦੀ ਦਾ ਕੁਝ ਵੀ ਨਹੀਂ ਮੋਦੀ ਜਿੰਨੇ ਤਾਂ ਮੁੰਡੇ ਇੱਥੇ ਆਵੇਂ ਖੜੇ ਹੋਣਗੇ ਜਿਹੜੀ ਮੋਦੀ ਦੀ ਪੜ੍ਹਾਈ ਹੈ ਪਰ ਜਦੋਂ ਜਦੋਂ ਉਹਦਾ ਨਾ ਸਵਾਲ ਹੋਏ ਨੇ ਜਿਹੜੇ ਮੋਦੀ ਬੰਦੇ ਭੇਜਦਾ ਸੀ ਉਹਨਾਂ ਕੋਲੋਂ ਸਾਨੂੰ ਜਵਾਬ ਨਹੀਂ ਮਿਲਿਆ ਵੀ ਤੁਸੀਂ ਕਿਹੜੇ ਪੈਂਡ ਤੇ ਕਹਿੰਦੇ ਹੋ ਵੀ ਤੁਹਾਡੇ ਹੱਕ ਜਨੇ ਜਦ ਉਹਨਾਂ ਨੂੰ ਸਾਰਾ ਆਪਣੇ ਪਲੰਦਾ ਫੋਲ ਕੇ ਸੁਣਾਇਆ ਤਾਂ ਮੋਦੀ ਦੇ ਭੇਜੇ ਹੋਏ ਨਮਾਇंदे ਸਾਡੇ ਕੋਲੋਂ ਚੁੱਪ ਕਰਕੇ ਨੀਮੀਆਂ ਪਾ ਕੇ ਗਏ ਨੇ ਕੌਣ ਕਹਿੰਦਾ ਬੰਦੇ ਸਾਡੇ ਅਨਪੜ੍ਹ ਨੇ ਸਾਨੂੰ ਸਾਰਾ ਪਤਾ ਹੈ ਜੇ ਕਾਨੂੰਨ ਲਾਗੂ ਹੋ ਗਏ ਸਾਰਾ ਖਤਮ ਹੈ ਮਾਮਲਾ ਇਹ ਅਸੀਂ ਕਾਨੂੰਨ ਨਹੀਂ ਬਣ ਦਮਾਂਗੇ ਜਿਹੜਾ ਕੋਈ ਮੋਦੀ ਨੇ ਕਰਨਾ ਕਰ ਲਵੇ ਜਿਹੜੀ ਨਸ਼ੇ ਦੀ ਗੱਲ ਹੈ ਨਸ਼ਾ ਵੀ ਇਹਨਾਂ ਨੇ ਆਪਣੀਆਂ ਵੋਟਾਂ ਬਣਾਉਣ ਵਾਸਤੇ ਵੋਟਾਂ ਦੇ ਵਿੱਚ ਬੰਦਿਆਂ ਨਾਲ ਲੜਾਈ ਕਰਾਉਣ ਖਾਤਰ ਸਾਡੇ ਮੁੰਡੇ ਇਹਨਾਂ ਨੇ ਪੱਟੀ ਮੇਸ਼ ਕੀਤੀ ਹੈ ਉਹ ਕੰਮ ਨਹੀਂ ਹੈ ਜਿਹੜਾ ਟੀਵੀ ਤੇ ਜਾਂ ਆਮ ਗੱਲਾਂ 'ਚ ਹੁੰਦੀ ਹੈ ਵੀ ਪੰਜਾਬ ਨਸ਼ਈ ਹੈ ਹਰਿਆਣਾ ਨਸ਼ਈ ਹੈ ਕੋਈ ਨਸ਼ਈ ਨਹੀਂ ਅੱਜ ਦੇਖ ਲਓ ਸੜਕਾਂ ਦੇ ਫਿਰਦੇ ਸਾਡੇ ਮੁੰਡੇ ਨੌਜਵਾਨ ਕੋਈ ਦੀਂਦੇ ਕੋਈ ਵੀ ਇਹ ਨਸ਼ੇ ਵਾਲੇ ਨੇ ਵੀ ਇਹ ਗੱਲਾਂ ਬਣਾਈਆਂ ਗਈਆਂ ਨੇ ਸਿਰਫ ਵੋਟ ਰਾਜ ਵਾਸਤੇ ਵੋਟਾਂ ਲੈਣ ਵਾਸਤੇ ਇਹ ਕੰਮ ਹੁਣ ਅੱਗੇ ਨੂੰ ਧਿਆਨ ਨਾਲ ਹੋਇਆ ਕਰੂਗਾ ਇਹ ਨਹੀਂ ਵੀ ਹਰੇਕ ਉੱਠ ਕੇ ਕਹਦੇ ਕੋ ਫਲਾਣੇ ਪਿੰਡ ਦੇ ਨਹੀਂ ਸਹੀ ਨੇ ਫੰਡਿੰਗ ਆ ਰਹੀ ਹੈ ਜੀ ਦੇ ਤੇ ਉਹ ਲਾਈਵ ਤਸਵੀਰਾਂ ਇੱਕ ਵਾਰ ਫੇਰ ਤੋਂ ਦਿਖਾ ਦਿੰਨੇ ਆ ਕਿਸਾਨਾਂ ਦੀ ਫੰਡਿੰਗ ਤੇ ਸਵਾਲ ਕਰਦੇ ਨੇ ਜੋ ਕਿਸਾਨਾਂ ਦੀ ਫੰਡਿੰਗ ਕਿੱਥੋਂ ਆ ਰਹੀ ਹੈ ਦੇਖ ਲਓ ਫੰਡਿੰਗ ਆ ਰਹੀ ਹੈ ਇਹ ਗੱਲ ਸੱਚ ਹੋਵੇਗੀ ਕਿ ਵੀਰ ਇਹਨਾਂ ਨੂੰ ਪਹਿਲਾਂ ਤੋਂ ਨਹੀਂ ਜਾਣਦੇ ਪਰ ਉਹਨਾਂ ਨੇ ਲੰਗਰ ਦੇਖਿਆ ਔਰ ਆਏ ਨੇ ਔਰ ਆਪਣਾ ਜੋ ਵੀ ਬਣਦਾ ਸਰਦਾ ਏ ਜਿੰਨੀ ਜਿਸ ਦੀ ਸ਼ਰਦਾ ਏ ਜੋ ਇਸ ਤਰੀਕੇ ਨਾਲ ਵੀ ਉਹ ਸੇਵਾ ਕਰ ਸਕਦੇ ਨੇ ਆਪਣੀ ਪਹੁੰਚਾ ਰਹੇ ਨੇ ਕਿਸਾਨਾਂ ਤੱਕ ਸੇਵਾ ਸੋ ਇਹ ਹੈ ਗਰਾਊਂਡ ਰਿਪੋਰਟ ਦਿੱਲੀ ਦੇ ਕਿਸਾਨ ਸੰਘਰਸ਼ ਦੀ ਔਰ ਇਹ ਹੈ ਫੰਡਿੰਗ ਦਾ ਪੂਰਾ ਸੱਚ ਮੋਦੀ ਸਰਕਾਰ ਜਾਂ ਭਾਰਤ ਦੇ ਕੋਈ ਵੀ ਪਾਰਟੀ ਰਾਜਨੀਤਿਕ ਪਾਰਟੀ ਅਗਰੇ ਪ੍ਰੋਗਰਾਮ ਇਸ ਸਮੇਂ ਦੇਖ ਰਹੀ ਹੋਵੇ ਤਾਂ ਅਸੀਂ ਸਿੱਧਾ ਖੁਲਾਸਾ ਕਰ ਰਹੇ ਹਾਂ ਇਸ ਵਿੱਚ ਕੋਈ ਲਾਗលਪੇਟ ਨਹੀਂ ਹੈ ਸਿੱਧਾ ਖੁਲਾਸਾ ਇਹ ਹੈ ਕਿ ਫੰਡਿੰਗ ਦੇਖ ਲੋ ਕਿੱਥੇ ਹੈ ਇਸ ਦੇ ਪਿੱਛੇ ਜੋ ਵੀ ਤੁਸੀਂ ਜਾਂਚ ਕਰਨਾ ਚਾਹੁੰਦੇ ਕਰ ਸਕਦੇ ਹੋ ਪਰ ਕਿਸਾਨਾਂ ਲਈ ਲੋਕ ਦਰਦ ਰੱਖ ਨੇ ਦੇ ਨੇ ਦਿਲ ਵਿੱਚ ਇਸ ਲਈ ਉਹ ਆ ਰਹੇ ਨੇ ਆਖਰੀ ਸਵਾਲ ਲਾਵਾਂਗੇ ਉਸ ਤੋਂ ਬਾਅਦ ਜੋ ਵਿਚਾਰ ਚਰਚਾ ਹੈ ਉਸ ਦੀ ਸਮਾਪਤੀ ਕਰਾਂਗੇ ਆਖਰੀ ਸਵਾਲ ਤੁਹਾਨੂੰ ਹੈ ਲਗਾਤਾਰ ਸਰਕਾਰ ਔਰ ਕੇਂਦਰ ਸਰਕਾਰ ਔਰ ਕਿਸਾਨਾਂ ਵਿੱਚ ਗੱਲਬਾਤ ਚੱਲ ਰਹੀ ਹੈ ਪਰ ਕੋਈ ਸਿੱਟਾ ਨਹੀਂ ਨਿਕਲ ਰਿਹਾ ਸੋ अगर ये आंदोलन लंबा चलता है तो आप लगातार ऐसी सेवा करते हैं। बिल्कुल, करेंगे, बिल्कुल, बिल्कुल करेंगे बिल्कुल बिल्कुल करेंगे बिल्कुल करेंगे जब तक चलेगा जब तक करेंगे जब तक चलेगा जब तक चलेगा जिन्नी कर सकेंगे और दिल तो दिमाग तो चौबीस घंटे ਔਰ ਜਦੋਂ ਵੀ ਜਿੰਨੀ ਕਰ ਸਕਾਂਗੇ ਅਸੀਂ ਹਾਜ਼ਰ ਹੈਗੇ ਜਦ ਤੱਕ ਚੱਲੇਗਾ ਬਾਕੀ ਤੁਸੀਂ ਨੌਜਵਾਨਾਂ ਬਾਰੇ ਪੁੱਛਿਆ ਸੀ ਮੈਂ ਸਵੇਰੇ ਇੱਥੇ ਆ ਜੰਨੀ ਆ ਮੇਰੇ ਤੋਂ ਰਾਤੀ ਪੁੱਛ ਲੈਂਦੇ ਨੇ ਕਿ ਮਾਤਾ ਜੀ ਸਵੇਰ ਲਈ ਕੀ ਤਿਆਰੀ ਕਰਕੇ ਰੱਖੀਏ ਇਹ ਲਸਣ ਵੀ ਛਿੱਲਦੇ ਨੇ ਇਹ ਅਦਰਕ ਵੀ ਛਿੱਲਦੇ ਨੇ ਆਲੂ ਵੀ ਛਿੱਲਦੇ ਨੇ ਇਹ ਮਟਰ ਵੀ ਕੱਢਦੇ ਨੇ ਮੰਨੂ ਪਤੀਲੇ 'ਚ ਕੜਚੀ ਵੀ ਨਹੀਂ ਹਲਾਣ ਦਿੰਦੇ ਤੁਸੀਂ ਮਾਤਾ ਜੀ ਦੱਸਿਓ ਜਾਓ ਅਸੀਂ ਤੁਹਾਡੇ ਲਈ ਕਰਾਂਗੇ ਇਹ ਜਵਾਨ ਨੇ ਪੰਜਾਬ ਦਾ ਤੇ ਜੇ ਕੋਈ ਮੇਰੀ ਗੱਲ ਸੁਣੋ ਸ਼ਾਮੀ ਜੇ ਕੋਈ ਆਪਣੇ ਘਰਾਂ ਚ ਥੱਕ ਟੁੱਟ ਕੇ ਆ ਕੇ ਜੇ ਇੱਕ ਅੱਧਾ ਆਪਣੀ ਆਰਾਮ ਵਾਸਤੇ ਸਾਰੇ ਸਾਰੀ ਦੁਨੀਆ ਕਰਦੀ ਹੈ ਹੈ ਜੇ ਤੁਸੀਂ ਉਹ ਦੋ ਕੁਟ ਲਾਣ ਨੂੰ ਨਸ਼ਾ ਕਹਿੰਦੇ ਹੋ ਤਾਂ ਤੁਹਾਡੇ ਲਈ ਹੋਏਗਾ ਇਹਨਾਂ ਇਹਨਾਂ ਲਈ ਉਹ ਅਗਲੇ ਦਿਨ ਦੀ ਤਿਆਰੀ ਹੁੰਦੀ ਹੈ ਹੈ ਉਹਦੇ ਚ ਕੋਈ ਨੁਕਸਾਨ ਨਹੀਂ ਹੈਗਾ ਸੋ ਇਹ ਤਸਵੀਰਾਂ ਤੁਹਾਨੂੰ ਸ਼ਾਇਦ ਫੇਰ ਕਦੇ ਅੱਗੇ ਵੇਖਣ ਨੂੰ ਨਾ ਮਿਲਣ ਕਿਉਂਕਿ ਵਿਲੱਖਣ ਨਜ਼ਾਰੇ ਕਿਸਾਨ ਸੰਘਰਸ਼ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਨੇ ਸੋ ਇਹ ਨੇ ਤਿੰਨ ਇਥੋਂ ਦੇ ਲੋਕਲ ਨਾਗਰਿਕ ਨੇ ਤੇ ਨੌਰਤਾ ਨੇ ਜੋ ਕਿਸਾਨ ਸੰਘਰਸ਼ ਦੇ ਵਿੱਚ ਹਰ ਰੋਜ਼ ਆਉਂਦੇ ਨੇ ਜਾਂ ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਇੱਥੇ ਪਹੁੰਚਦੇ ਨੇ ਸੋ ਫੰਡਿੰਗ ਦਾ ਦੋਸ਼ ਜੋ ਲੱਗ ਰਿਹਾ ਏ ਉਸ ਤਰੀਕੇ ਦੇ ਨਾਲ ਹੁਣ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਇਹ ਫੰਡਿੰਗ ਆਈ ਹੈ ਫੰਡਿੰਗ ਦਾ ਲਗਾਤਾਰ ਦੋਸ਼ ਲੱਗ ਰਿਹਾ ਏ ਪਰ ਸੱਚ ਇਹ ਹੈ ਕਿ ਸਵੇਰ ਤੋਂ ਹੀ ਜੋ ਲੋਕ ਨੇ ਉਹ ਸ਼ੁਰੂ ਹੋ ਜਾਂਦੇ ਨੇ ਲੰਗਰ ਕਿੱਥੋਂ ਆਉਂਦਾ ਹੈ ਬਾਲਣ ਕਿੱਥੋਂ ਆਉਂਦਾ ਹੈ ਦੁੱਧ ਕਿੱਥੋਂ ਆਉਂਦਾ ਹੈ ਇਹ ਕਿਸੇ ਨੂੰ ਨਹੀਂ ਪਤਾ ਪਰ ਲਗਾਤਾਰ ਜੋ ਹੈ ਕਿਸਾਨ ਸੰਘਰਸ਼ ਦੇ ਵਿੱਚ ਹਰ ਕੋਈ ਆਪਣਾ ਬਣਦਾ ਸਰਦਾ ਜੋ ਯੋਗਦਾਨ ਜ਼ਰੂਰ ਪਾ ਰਿਹਾ ਏ ਇਹ ਫੰਡਿੰਗ ਦੇ ਜੋ ਦੋਸ਼ ਲਾ ਰਹੇ ਨੇ ਉਹਨਾਂ ਨੂੰ ਸਿੱਧਾ ਇਹ ਜਵਾਬ ਏ ਕਿ ਜੋ ਵੀ ਲੋਕ ਦਰਦ ਰੱਖਦੇ ਨੇ ਕਿਸਾਨੀ ਦਾ ਉਹ ਇੱਥੇ ਪੁੱਜ ਰਹੇ ਨੇ ਆਪਣਾ ਸਰਦਾ ਬਣਦਾ ਯੋਗਦਾਨ ਲੈ ਕੇ ਵੀਰ ਜੀ ਕੀ ਨਾਮ ਆਪ ਜੀ ਦਾ ਪੁਜਤਰ ਸਿੰਘ ਹੈ ਮੇਰਾ ਨਾਮ ਪੁਜਤਰ ਸਿੰਘ ਪਿੰਡ ਸੁਮਤੀ ਜੀ ਤਸਵੀਰ ਖੋ ਲੋ ਜ਼ਿਲ੍ਹਾ ਫਤਿਹਗੜ ਸਾਹਿਬ ਜੀ ਇੱਥੇ ਲਗਾਤਾਰ ਜੋ ਇੱਥੇ ਦੇ ਲੋਕਲ ਲੋਕ ਨੇ ਜਾਂ ਹੋਰ ਲੋਕ ਨੇ ਜੋ ਕਿਸਾਨੀ ਦਾ ਦਰਦ ਰੱਖਦੇ ਨੇ ਇੱਥੇ ਪਹੁੰਚ ਰਹੇ ਨੇ ਪਰ ਲੋਕਾਂ ਵੱਲੋਂ ਕੋਈ ਕਹਿ ਰਹੇ ਨੇ ਜੀ ਫੰਡਿੰਗ ਕਿੱਥੋਂ ਆ ਰਹੀ ਹੈ ਕਦੀ ਦਲਜੀਤ ਦਸਾਂਜ ਨੂੰ ਇਨਕਮ ਟੈਕਸ ਦਾ ਨੋਟਿਸ ਚਲਾ ਜਾਂਦਾ ਹੈ ਉਹਨਾਂ ਲੋਕਾਂ ਨੂੰ ਕੋਈ ਹੰਢਕ ਦਾ ਪੰਜਾਬ ਦਾ ਕੱਲਾ-ਕੱਲਾ ਕਿਸਾਨ ਜੋ ਕਿਸਾਨ ਤੇ ਕਿਸਾਨੀ ਨਾਲ ਸੰਬੰਧ ਰੱਖਦਾ ਹੈ ਉਹ ਹਰ ਇੱਕ ਆਪਣਾ ਤਾਂ ਸੰਬੰਧ ਕੱਟ ਰਿਹਾ ਜੀ ਜੀ ਸੋ ਧੰਨਵਾਦ ਤੁਹਾਡਾ ਵੀਰ ਜੀ ਕਾਫੀ ਸਮਾਂ ਲਗਾਤਾਰ ਅਸੀਂ ਹੁਣ ਲਾਈਵ ਕਰ ਚੁੱਕੇ ਹਾਂ ਤੁਹਾਨੂੰ ਦੱਸ ਦਿੰਨੇ ਆ ਕਿ ਕਿਸਾਨ ਆਗੂ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਸਾਫ਼ ਕਹਿਣਾ ਹੈ ਕਿ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਵਿੱਚ ਸੱਚਾ ਸੌਦਾ ਕੀਤਾ ਸੀ ਜਿਸ ਦਾ ਲੰਗਰ ਹੁਣ ਵੀ ਚੱਲ ਰਿਹਾ ਹੈ ਔਰ ਆਉਂਦੀਆਂ ਸਦੀਆਂ ਤੱਕ ਜਦ ਤੱਕ ਦੁਨੀਆ ਹੈ ਇਹ ਲਗਾਤਾਰ ਚੱਲਦਾ ਰਹੇਗਾ ਸੋ ਦਿੱਲੀ ਤੋਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੱਗੇ ਵੀ ਵਿਖਾਉਂਦੇ ਰਵਾਂਗੇ ਟੌਪ ਟੀਵੀ ਕੈਨੇਡਾ ਦੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ